ਸ੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਆਪ ਸਮੂਹ ਸਾਧ ਸੰਗਤ ਦੇ ਸਨਮੁੱਖ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਰਾਹੀਂ ਜਿੱਥੋਂ ਅਸੀਂ ਹਾਜ਼ਰ ਹੋ ਰਹੇ ਹਾਂ ਇਸ ਨਗਰ ਦੇ ਵਿੱਚ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਚਨਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਸਮੂਹ ਨਗਰ ਨਿਵਾਸੀਆਂ ਨੇ, ਇੱਥੋਂ ਦੀਆਂ ਸੰਗਤਾਂ ਨੇ ਆਪਣੇ ਸਿੱਖ ਰਾਜ ਪ੍ਰਤੀ, ਆਪਣੇ ਧਰਮ ਪ੍ਰਤੀ, ਆਪਣੀ ਕੌਮ ਪ੍ਰਤੀ ਆਪਣਾ ਬਣਦਾ ਫਰਜ਼ ਉਸ ਸਮੇਂ ਦੇ ਵਿੱਚ ਬਾਖੂਬੀ ਨਿਭਾਇਆ ਅਤੇ ਜਿਸ ਫਰਜ਼ ਨੂੰ ਨਿਭਾਉਂਦਿਆਂ ਹੋਇਆਂ ਅਨੇਕਾਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਤਕਰੀਬਨ 2 ਦਰਜਨ ਦੇ ਕਰੀਬ ਸਿੰਘ ਇਹਨਾਂ ਦੋ ਨਗਰਾਂ ਦੇ ਵਿੱਚੋਂ ਜਿਹੜਾ ਹਨ ਉਹ ਸ਼ਹੀਦ ਹੋਏ ਨੇ। ਸੋ ਮੇਰੇ ਕਹਿਣ ਤੋਂ ਮੁਰਾਦ ਪਿੰਡ ਜਲਾਲਾਬਾਦ ਨੇੜੇ ਖਡੂਰ ਸਾਹਿਬ, ਜਿਸ ਸਥਾਨ 'ਤੇ ਇਸ ਵਕਤ ਆਪਾਂ ਖੜ੍ਹੇ ਹੋਏ ਹਾਂ, ਗੁਰਦੁਆਰਾ ਬਾਬੇ ਸ਼ਹੀਦਾਂ। ਸੋ ਸੰਤ ਬਾਬਾ ਸੁਖਵੰਤ ਸਿੰਘ ਜੀ ਜਿਹੜੇ ਇਸ ਵਕਤ ਇੱਥੇ ਇਸ ਸਾਰੇ ਸਥਾਨ ਦੀ ਦੇਖ ਰੇਖ ਕਰ ਰਹੇ ਹਨ, ਉਸ ਸਥਾਨ ਦੇ ਉੱਪਰ ਪਿੰਡ ਜਲਾਲਾਬਾਦ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚੋਂ ਜਿਹੜਾ ਨੌਜਵਾਨਾਂ ਨੇ ਸ਼ਹਾਦਤਾਂ ਪਾਈਆਂ, ਉਹਨਾਂ ਪਰਿਵਾਰਾਂ ਦੇ ਮੈਂਬਰ, ਉਹ ਸਿੰਘ ਜਿਨ੍ਹਾਂ ਨੇ ਸਾਰਾ ਸ਼ਹਾਦਤ ਦਾ ਸੀਨ ਆਪਣੇ ਅੱਖਾਂ ਦੇ ਨਾਲ ਦੇਖਿਆ ਅਤੇ ਸਾਰੇ ਤਸ਼ੱਦਤ ਨੂੰ ਆਪਣੇ ਜੀਵਨ ਦੇ ਵਿੱਚ ਹੰਢਾਇਆ, ਪਰ ਇਤਿਹਾਸ ਦੇ ਵਿੱਚ, ਸਰਕਾਰੀ ਰਿਕਾਰਡਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਅੱਜ ਤੱਕ ਉਹਨਾਂ ਪਰਿਵਾਰਾਂ ਦਾ, ਉਹਨਾਂ ਸਿੰਘਾਂ ਦਾ, ਉਹਨਾਂ ਨੌਜਵਾਨਾਂ ਦਾ ਨਾਮ ਤੱਕ ਵੀ ਜਿਹੜਾ ਉਹ ਸੰਗਤਾਂ ਨੂੰ ਪਤਾ ਨਹੀਂ ਲੱਗਾ। ਅਤੇ ਅੱਜ ਇਸ ਸਥਾਨ ਤੋਂ ਆਪ ਜੀ ਦੀ ਰੂਬਰੂ ਕਰਨ ਜਾ ਰਹੇ ਹਾਂ ਉਹਨਾਂ ਪਰਿਵਾਰਾਂ ਨੂੰ, ਅਤੇ ਜਾਣਦੇ ਹਾਂ ਕਿ 84 ਦੇ ਵਿੱਚ ਸੰਤਾਂ ਦੇ ਬਚਨਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੇ ਆਪਣੇ ਸਿਰਾਂ ਦੇ ਉੱਪਰ ਕੱਫਣ ਬੰਨ੍ਹੇ ਅਤੇ ਪੰਥ ਦੀ ਖਾਤਰ ਆਪਣੀਆਂ ਕੁਰਬਾਨੀਆਂ ਕੀਤੀਆਂ। ਅਤੇ ਅੱਜ ਸਮੇਂ ਦੀ ਚਕਾਚੌਂਧ ਦੇ ਵਿੱਚ, ਸਮੇਂ ਦੀ ਤਬਦੀਲੀ ਦੇ ਵਿੱਚ ਆਪ ਹੀ ਅਸੀਂ ਆਪਣੇ ਉਹਨਾਂ ਨੌਜਵਾਨਾਂ ਦੇ ਨਾਮ ਤੱਕ ਭੁੱਲ ਗਏ ਅਤੇ ਇੰਨਾ ਵੀ ਡਾਟਾ ਇਕੱਠਾ ਨਹੀਂ ਕਰ ਸਕੇ ਕਿ ਕਿਹੜੇ ਕਿਹੜੇ ਸਿੰਘ ਕਿਹੜੇ ਕਿਹੜੇ ਪਿੰਡ ਦੇ ਵਿੱਚੋਂ ਸ਼ਹਾਦਤਾਂ ਦੇ ਕਰਕੇ ਕੁਰਬਾਨ ਹੋਏ ਨੇ। ਸੋ ਆਓ ਲੈ ਕੇ ਚੱਲਦੇ ਹਾਂ ਆਪ ਜੀ ਨੂੰ ਇੱਥੋਂ ਦੇ ਪਦਵੰਤੇ ਸੱਜਣਾਂ ਦੇ ਸਨਮੁੱਖ ਅਤੇ ਉਹਨਾਂ ਦੀ ਜ਼ੁਬਾਨੀ, ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕੀ ਕੁਝ ਬੀਤਿਆ, ਕੀ ਕੁਝ ਹੋਇਆ, ਪਰਿਵਾਰਾਂ ਦਾ ਕੀ ਹਾਲਾਤ ਨੇ ਅਤੇ ਪਰਿਵਾਰਾਂ ਦੇ ਨਾਲ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਿੰਨਾ ਕੁ ਇਨਸਾਫ ਕੌਮ ਨੇ, ਸਰਕਾਰਾਂ ਨੇ ਅਤੇ ਸਾਡੇ ਪੰਥ ਨੇ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਮੈਂ ਜਾਣਕਾਰੀ ਦਿੱਤੀ ਹੈ ਕਿ ਇਸ ਵਕਤ ਅਸੀਂ ਨਗਰ ਜਲਾਲਾਬਾਦ ਅਤੇ ਇਸ ਦੇ ਨਾਲ ਹੀ ਨਾਲ ਲੱਗਦੇ ਨਗਰ ਗਗੜੇਵਾਲ ਅਤੇ ਹੋਰ ਵੀ ਨਜ਼ਦੀਕੀ ਦੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਪਤਵੰਤੇ ਸੱਜਣ, ਸ਼ਹੀਦ ਪਰਿਵਾਰ, ਜਿਨ੍ਹਾਂ ਦੇ ਘਰਾਂ ਦੇ ਜੀ, ਜਿਨ੍ਹਾਂ ਦੇ ਮੈਂਬਰ, ਜਿਨ੍ਹਾਂ ਦੇ ਪੁੱਤਰ, ਜਿਨ੍ਹਾਂ ਦੇ ਭਰਾ, ਜਿਨ੍ਹਾਂ ਦੇ ਰਿਸ਼ਤੇਦਾਰ ਕੌਮ ਦੇ ਇਸ ਸੰਘਰਸ਼ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕਰ ਗਏ ਨੇ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਸੱਜਣ ਸਾਡੇ ਕੋਲ ਇੱਥੇ ਹਾਜ਼ਰ ਨੇ। ਉਹਨਾਂ ਦੇ ਨਾਲ ਆਪ ਜੀ ਦੀ ਰੂਬਰੂ ਕਰਾਉਂਦਿਆਂ ਹੋਇਆਂ ਉਹਨਾਂ ਦੇ ਪਾਸੋਂ ਪੁੱਛਦੇ ਹਾਂ ਕਿ ਕੀ ਕੁਝ ਵਾਪਰਿਆ ਅਤੇ ਅੱਜ ਦੇ ਮੌਜੂਦਾ ਸਮੇਂ ਦੇ ਅੰਦਰ ਕੀ ਮਹਿਸੂਸ ਕਰਦੇ ਹਨ। ਸੋ ਮੇਰੇ ਕੋਲ ਇਸ ਵਕਤ ਬਹੁਤ ਸਾਰੇ ਮਹਿਮਾਨ, ਬਹੁਤ ਸਾਰੇ ਉਹ ਪਰਿਵਾਰ ਜਿਹੜੇ ਨੇ ਉਹ ਹਾਜ਼ਰ ਨੇ। ਸੋ ਮੈਂ ਪਹਿਲਾਂ ਆਪ ਜੀ ਨੂੰ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ, ਉਹਨਾਂ ਸ਼ਹੀਦ ਪਰਿਵਾਰਾਂ ਦਾ ਰੂਬਰੂ ਕਰਾਉਂਦਿਆਂ ਹੋਇਆਂ ਤਾਰੁਫ ਕਰਾਉਣਾ ਅਤੇ ਉਸ ਤੋਂ ਬਾਅਦ ਜਿਹੜਾ ਹੈ ਸਾਰੇ ਸੰਘਰਸ਼ ਦੀ ਜਾਣਕਾਰੀ ਅਸੀਂ ਆਪ ਜੀ ਦੇ ਪਾਸੋਂ ਉਹ ਲਵਾਂਗੇ ਅਤੇ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਸੋ ਜੇਕਰ ਮੈਂ ਆਪਣੇ ਖੱਬੇ ਹੱਥ ਤੋਂ ਸ਼ੁਰੂ ਕਰਾਂ, ਸੋ ਭਾਈ ਸਾਹਿਬ ਕੀ ਨਾਮ ਹੈ ਜੀ ਆਪ ਜੀ ਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਜੀਤ ਸਿੰਘ ਜੀ। ਅਤੇ ਕਿਸ ਨਗਰ ਤੋਂ ਆਏ ਹਾਂ ਜੀ? ਇਸ ਜਲਾਲਾਬਾਦ ਤੋਂ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਜ਼ੁਰਗੋ ਕੀ ਨਾਮ ਹੈ ਜੀ ਆਪ ਜੀ ਦਾ? ਠੀਕ ਹੈ ਜੀ। ਅਤੇ ਮੇਰਾ ਖਿਆਲ ਬਜ਼ੁਰਗ ਥੋੜ੍ਹਾ ਜਿਹਾ ਉਮਰ ਕਰਕੇ ਵੀ ਉੱਚਾ ਸੁਣਦੇ ਨੇ, ਸੋ ਸਵਰਨ ਸਿੰਘ ਜੀ ਇਹਨਾਂ ਦਾ ਨਾਮ ਹੈ। ਅਤੇ ਆਪ ਜੀ ਦਾ ਕੀ ਨਾਮ ਹੈ ਜੀ? ਜਲਾਲਾਬਾਦ। ਅਤੇ ਆਪ ਜੀ ਦਾ ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਆ ਜੀ। ਇਸੇ ਜਲਾਲਾਬਾਦ। ਹਾਂਜੀ ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਕੀ ਨਾਮ ਹੈ ਜੀ? ਬਲਦੇਵ ਸਿੰਘ ਜੀ। ਆਪ ਜੀ ਵੀ ਇਸੇ ਨਗਰ ਦੇ ਆ ਜੀ? ਠੀਕ ਹੈ ਜੀ।
ਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਭਾਈ ਸਾਹਿਬ ਕੀ ਨਾਮ ਹੈ ਜੀ ਆਪ ਜੀ ਦਾ? ਪੰਜਾਬ ਸਿੰਘ ਜੀ। ਪੰਜਾਬ ਸਿੰਘ ਜੀ ਆਪ ਜੀ ਵੀ ਇਸੇ ਨਗਰ ਦੇ ਰਹਿਣ? ਹਾਂਜੀ, ਜਲਾਲਾਬਾਦ ਦਾ ਜੀ। ਬਹੁਤ ਬਹੁਤ ਧੰਨਵਾਦ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਸਿੰਘ ਜੀ। ਠੀਕ ਹੈ ਜੀ, ਆਪ ਜੀ ਵੀ ਜਲਾਲਾਬਾਦ ਤੋਂ? ਤੇ ਆਪ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਲਾਲਾਬਾਦ ਤੋਂ ਜੀ। ਕੀ ਨਾਮ ਹੈ ਆਪ ਜੀ? ਮੁਖਤਾਰ ਸਿੰਘ ਨਾਮ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਨਾਮ ਹੈ ਜੀ ਆਪ ਜੀ ਦਾ? ਖਜਾਨ ਸਿੰਘ ਜੀ। ਆਪ ਜੀ ਵੀ ਇਸੇ ਨਗਰ ਤੋਂ? ਨਹੀਂ, ਰਾਮਪੁਰ ਨਰੋਪੁਰ। ਸੋ ਇਹ ਵੀ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਿਆ ਸੀ ਕਿ ਇੱਥੋਂ ਦੇ ਨਜ਼ਦੀਕ ਦੇ ਨਗਰਾਂ ਤੋਂ ਵੀ ਬਹੁਤ ਸਾਰੇ ਸੱਜਣ ਸਾਡੇ ਕੋਲ ਹਾਜ਼ਰ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਆਪ ਜੀ ਦਾ ਕੀ ਨਾਮ ਹੈ ਜੀ? ਕਸ਼ਮੀਰ ਸਿੰਘ ਜੀ, ਸਾਬਕਾ ਸਰਪੰਚ ਪਿੰਡ ਗਗੜੇਵਾਲ। ਸੋ ਕਸ਼ਮੀਰ ਸਿੰਘ ਜੀ ਜਿਹੜੇ ਗਗੜੇਵਾਲ ਤੋਂ ਇਸ ਵਕਤ ਸਾਬਕਾ ਸਰਪੰਚ ਸਾਡੇ ਕੋਲ ਮੌਜੂਦ ਨੇ, ਉਸ ਨਗਰ ਦੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ ਨੇ, ਪਰ ਅੱਜ ਤੱਕ ਸਰਕਾਰਾਂ ਵੱਲੋਂ, ਸਾਡੇ ਪੰਥ ਵੱਲੋਂ, ਮੀਡੀਆ ਵੱਲੋਂ ਕਿਤੇ ਵੀ ਜ਼ਿਕਰ ਜਿਹੜਾ ਉਹਨਾਂ ਨੌਜਵਾਨਾਂ ਦਾ ਨਹੀਂ ਮਿਲਿਆ। ਸੋ ਮੈਂ ਅੱਗੇ ਚੱਲ ਕੇ ਜਿਹੜੀ ਸਾਰੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨਾ ਚਾਹਾਂਗਾ। ਅਤੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਸਿੰਘ ਸਾਹਿਬ ਕੀ ਨਾਮ ਹੈ ਜੀ? ਵੀਰ ਸਿੰਘ ਜੀ। ਜਲਾਲਾਬਾਦ ਜੀ। ਹਾਂਜੀ ਵਾਹਿਗੁਰੂ ਖਾਲਸਾ ਫਤਿਹ ਜੀ। ਕੀ ਨਾਮ ਹੈ ਜੀ? ਮਨਦੀਪ ਕੁਮਾਰ। ਮਨਦੀਪ ਕੁਮਾਰ ਜੀ, ਆਪ ਜੀ ਵੀ ਇਸੇ? ਹਾਂਜੀ, ਜਲਾਲਾਬਾਦ ਤੋਂ ਜੀ। ਹਾਂਜੀ, ਆਪ ਜੀ ਦਾ ਕੀ ਨਾਮ ਹੈ ਜੀ? ਕਰਤਾਰ ਸਿੰਘ ਜੀ। ਆਪ ਜੀ ਵੀ ਇਸੇ ਨਗਰ ਤੋਂ? ਹਾਂਜੀ, ਜਲਾਲਾਬਾਦ ਦੇ ਰਹਿਣਾ। ਸੋ ਅੱਗੇ ਚੱਲਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਬਾਬਾ ਜੀ ਕੀ ਨਾਮ ਹੈ ਜੀ? ਸੁਖਵੰਤ ਸਿੰਘ ਜੀ। ਆਪ ਜੀ? ਹਾਂਜੀ, ਇਸੇ ਨਗਰ ਤੋਂ ਜੀ। ਅਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਇਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਥਾਨ ਦੀ ਸੇਵਾ ਵੀ ਆਪ ਜੀ ਇੱਥੇ ਨਿਭਾ ਰਹੇ ਹੋ, ਅਤੇ ਸੰਗਤਾਂ ਨੂੰ ਇਕੱਤਰ ਕਰਨ ਦੇ ਵਿੱਚ ਵੀ ਆਪ ਜੀ ਨੇ, ਸਤਿਗੁਰੂ ਜੀ ਨੇ ਬੜਾ ਸਹਿਯੋਗ ਆਪ ਜੀ ਦੇ ਪਾਸੋਂ ਲਿਆ। ਕੀ ਕਹੋਗੇ? ਹਾਂਜੀ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜੀ, ਇਹ ਸਾਰੇ ਪਰਿਵਾਰ ਜਿੰਨੇ ਵੀ ਆ, ਇਹਨਾਂ ਵਿੱਚ ਸ਼ਹੀਦਾਂ ਦੇ ਪਰਿਵਾਰ ਸਤਿਕਾਰਯੋਗ, ਅਤੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਉਹਨਾਂ ਦੇ ਪਰਿਵਾਰ ਵੀ ਵਿੱਚ ਨਾਲ ਆ, ਅਤੇ ਜਿਹੜੇ ਜੇਲ੍ਹਾਂ ਕੱਟਣ ਵਾਲੇ ਉਹ ਵੀ ਨਾਲ ਆ, ਤਸ਼ੱਦਦ ਸਹਿਣ ਵਾਲੇ ਵੀ ਉਹ ਇੱਥੇ ਆਏ ਆ। ਸੋ ਅੱਗੇ ਚੱਲ ਕੇ ਫਿਰ ਆਪ ਜੀ ਦੇ ਪਾਸੋਂ ਸਾਰੀ ਜਾਣਕਾਰੀ ਲਵਾਂਗੇ। ਸੋ ਮੈਂ ਪਹਿਲਾਂ ਇੱਕ ਵਾਰ ਸਾਰੇ ਸੱਜਣਾਂ ਦੇ ਨਾਲ ਰੂਬਰੂ ਕਰਵਾ ਦੇਵਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਖਾਲਸਾ ਵਾਹਿਗੁਰੂ ਫਤਿਹ ਜੀ। ਹਰਵਿੰਦਰ ਸਿੰਘ ਮੇਰਾ ਨਾਂ ਜੀ, ਪਿੰਡ ਇਹ ਜਲਾਲਾਬਾਦ ਪਿੰਡ ਆਪਣਾ। ਠੀਕ ਹੈ ਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਆਪ ਜੀ ਦਾ ਨਾਮ? ਕੁਲਵਿੰਦਰ ਸਿੰਘ। ਇਸੇ ਨਗਰ ਤੋਂ ਰਹਿਣ ਵਾਲੇ ਹੋ? ਹਾਂਜੀ। ਠੀਕ ਹੈ, ਬਜ਼ੁਰਗੋ ਆਪ ਜੀ ਦਾ ਕੀ ਨਾਮ ਹੈ ਜੀ? ਸੁਲੱਖਣ ਸਿੰਘ ਜੀ। ਹਾਂਜੀ ਵੀ ਇਸੇ ਨਗਰ? ਹਾਂਜੀ ਹਾਂਜੀ, ਇਸੇ। ਧੰਨਵਾਦ। ਹਾਂਜੀ, ਆਪ ਜੀ ਦਾ ਕੀ ਸ਼ੁਭ ਨਾਮ ਹੈ ਜੀ? ਨਿਰਮਲ ਸਿੰਘ ਜੀ। ਨਿਰਮਲ ਸਿੰਘ ਜੀ, ਆਪ ਜੀ ਵੀ ਜਲਾਲਾਬਾਦ ਤੋਂ ਹੀ ਹੋ ਜੀ? ਠੀਕ ਹੈ ਜੀ, ਧੰਨਵਾਦ। ਹਾਂਜੀ, ਅਤੇ ਸਾਬਕਾ ਫੌਜੀ ਨੇ, ਸੋ ਸੱਜਣਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਸਰਕਾਰ ਦੀ ਨੌਕਰੀ ਵੀ ਉਸ ਵਕਤ ਕਰਦੇ ਰਹੇ ਨੇ, ਅਤੇ ਅੱਗੇ ਚੱਲ ਕੇ ਆਪਾਂ ਸਾਰੇ ਖੁਲਾਸੇ ਆਪ ਜੀ ਦੇ ਨਾਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਧਰਮੀ ਫੌਜੀਆਂ ਦਾ ਵੀ ਜ਼ਿਕਰ ਆਉਂਦਾ ਹੈ, ਨੌਜਵਾਨਾਂ ਦਾ ਵੀ ਜ਼ਿਕਰ ਆਉਂਦਾ ਹੈ, ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਂਝੀਆਂ ਕਰਨ ਦੇ ਯੋਗ ਹਨ। ਸੋ ਆਪ ਜੀ ਦਾ ਕੀ ਨਾਮ ਹੈ ਜੀ? ਦਲਵੀਰ ਸਿੰਘ ਜਲਾਲਾਬਾਦ। ਦਲਵੀਰ ਸਿੰਘ ਜਲਾਲਾਬਾਦ ਤੋਂ ਜੀ। ਹਾਂਜੀ, ਆਪ ਜੀ ਦਾ? ਦਿਆਲ ਸਿੰਘ। ਦਿਆਲ ਸਿੰਘ ਜੀ, ਆਪ ਜੀ ਵੀ ਜਲਾਲਾਬਾਦ ਤੋਂ? ਹਾਂਜੀ ਹਾਂਜੀ, ਜਲਾਲਾਬਾਦ। ਠੀਕ ਹੈ ਜੀ, ਸੋ ਆਪ ਜੀ ਦਾ ਸ਼ੁਭ ਨਾਮ ਜੀ? ਸੁਖਦੇਵ ਸਿੰਘ ਜੀ। ਆਪ ਜੀ ਵੀ ਜਲਾਲਾਬਾਦ ਤੋਂ ਜੀ? ਹਾਂਜੀ। ਸੋ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੇ ਦੇਖਿਆ ਕਿ ਬਹੁਤ ਸਾਰੇ ਮਹਿਮਾਨ ਮੇਰੇ ਕੋਲ ਇਸ ਵਕਤ ਸ਼ਹੀਦ ਪਰਿਵਾਰ ਸੱਜਣ ਸਾਰੇ ਹਾਜ਼ਰ ਨੇ, ਸੋ ਮੈਂ ਪਹਿਲਾਂ ਆਪ ਜੀ ਨੂੰ ਲੈ ਕੇ ਚੱਲਦਾ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਬਾਬਾ ਸੁਖਵੰਤ ਸਿੰਘ ਜੀ ਹੁਣਾਂ ਪਾਸੋਂ, ਕਿਉਂਕਿ ਇਸ ਨਗਰ ਦੇ ਵਿੱਚ ਬੜੀ ਸਤਿਕਾਰਿਤ ਸ਼ਖਸੀਅਤ ਹਨ, ਅਤੇ ਸ਼ਹੀਦ ਪਰਿਵਾਰਾਂ ਦੇ ਨਾਲ ਜੋ ਕੁਝ ਵਾਪਰਿਆ, ਆਪਣੇ ਪਿੰਡੇ 'ਤੇ ਕਿੰਨਾ ਤਸ਼ੱਦਦ ਇਹਨਾਂ ਨੇ ਸਹਾਰਿਆ, ਜੇਲ੍ਹਾਂ ਵੀ ਕੱਟੀਆਂ, ਅਤੇ ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਗੁਰਦੁਆਰਾ ਬਾਬੇ ਸ਼ਹੀਦਾਂ ਦੇ ਨਾਮ ਦੇ ਉੱਪਰ ਸਥਾਨ ਬਣਿਆ ਹੋਇਆ ਹੈ, ਸੋ ਇੱਥੇ ਸੇਵਾ ਵੀ ਨਿਭਾ ਰਹੇ ਹਨ। ਸੋ ਬਾਬਾ ਜੀ, ਮੈਂ ਆਪ ਜੀ ਦੇ ਪਾਸੋਂ ਹੀ ਜਾਣਕਾਰੀ ਲੈਣਾ ਚਾਹਾਂਗਾ ਕਿ ਅੱਜ ਜੋ ਆਪਾਂ ਸਾਰੇ ਪਰਿਵਾਰ ਆਪ ਜੀ ਦੇ ਸਹਿਯੋਗ ਸਦਕਾ ਇੱਥੇ ਇਕੱਤਰ ਹੋਏ ਨੇ, ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਸਾਡੇ ਵਰਗੇ ਜਿਹੜੇ 1984 ਤੋਂ ਬਾਅਦ ਪੈਦਾ ਹੋਏ ਬੱਚੇ ਹਨ, ਭਾਵੇਂ ਉਹ ਪੰਜਾਬ ਦੇ ਹੋਣ, ਭਾਵੇਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਣ, ਉਹਨਾਂ ਦੇ ਸਾਹਮਣੇ ਇੱਕ ਤਸਵੀਰ ਐਸੀ ਆਈ ਕਿ ਉਸ ਵਕਤ ਰੌਲਿਆਂ ਦਾ ਸਮਾਂ ਸੀ, ਅਤੇ ਸਿੰਘਾਂ ਨੂੰ ਇੱਕ ਅੱਤਵਾਦੀਆਂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਸਰਕਾਰਾਂ ਵੱਲੋਂ ਅਤੇ ਮੀਡੀਆ ਵੱਲੋਂ ਵੀ। ਸੋ ਆਪ ਜੀ ਨੇ ਉਹ ਸਾਰਾ ਸਮਾਂ ਆਪਣੇ ਉੱਪਰ ਹੰਢਾਇਆ ਹੈ, ਕਿੱਥੋਂ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਅਤੇ ਕੀ ਕਹਿਣਾ ਚਾਹੋਗੇ, ਅਤੇ ਸ਼ਹੀਦ ਪਰਿਵਾਰਾਂ ਦੇ ਨਾਲ ਵੀ ਆਪਾਂ ਫਿਰ ਬਾਅਦ ਦੇ ਵਿੱਚ ਜਿਵੇਂ ਆਪ ਜੀ ਦੱਸੋਗੇ ਅਤੇ ਆਪਾਂ ਰੂਬਰੂ ਹੁੰਦੇ ਜਾਵਾਂਗੇ ਜੀ। ਅਸੀਂ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਧਰਮ ਯੁੱਧ ਮੋਰਚਾ ਚੱਲਿਆ ਸੀ
ਉਹ ਤਮਜਦ ਮੋਰਚਾ ਜਿਹੜਾ ਸੀ ਉਹ ਅਕਾਲੀ ਦਲ ਨੇ ਸ਼ੁਰੂ ਕੀਤਾ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਉਹਨਾਂ ਦਾ ਸਾਥ ਦਿੱਤਾ, ਸਹਿਯੋਗ ਦਿੱਤਾ ਅਤੇ ਇੱਕ ਹੋਕਾ ਪਿੰਡਾਂ ਪਿੰਡਾਂ ਵਿੱਚ ਜਾ ਕੇ ਸਾਰਿਆਂ ਨੂੰ ਦਿੱਤਾ ਵੀ ਇਸ ਧਰਮਯੁੱਧ ਮੋਰਚੇ ਦਾ ਸਾਰੇ ਸਾਥ ਦਿਉ, ਜਿੱਥੇ ਕਿ ਨਾਲ ਸਾਥ ਵੀ ਦਿੱਤਾ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਬੜੀ ਵੱਡੀ ਪੱਧਰ 'ਤੇ ਲਹਿਰ ਵੀ ਪਿੰਡਾਂ 'ਚ ਚਲਾਈ। ਉਸ ਲਹਿਰ ਦੇ ਤਹਿਤ ਨਗਰ ਜਲਾਲਾਬਾਦ ਵਿੱਚ ਵੀ ਬੜਾ ਭਾਰੀ ਅੰਮ੍ਰਿਤ ਸੰਚਾਰ, ਲਾਗੇ ਗਗੜਿਆਲ, ਲਾਗੇ ਹੋਰ ਪਿੰਡ ਜਿਹੜੇ ਸੀ ਉਹਨਾਂ ਨੇ ਬੜਾ ਨਾਲ ਭਾਰੀ ਅੰਮ੍ਰਿਤ ਸੰਚਾਰ ਹੋਇਆ, ਇਸ ਲਹਿਰ ਦੇ ਵਿੱਚ ਨਾਲ ਸ਼ਾਮਿਲ ਵੀ ਹੋਏ। ਇਹਨਾਂ ਵਿੱਚੋਂ ਜਿੰਨੇ ਵੀ ਸਿੰਘ ਸੀ 1984 ਦੇ ਵਿੱਚ ਜਦੋਂ ਬਲੂ ਸਟਾਰ ਓਪਰੇਸ਼ਨ ਹੋਇਆ, ਜਿਹੜੀ ਕਿ ਆਪ ਜਾਣਦੇ ਹੋ ਕਿ ਜਿਸ ਤਰ੍ਹਾਂ ਗੌਰਮੈਂਟ ਨੇ ਬੜੀ ਇੱਕ ਸੋਚੀ ਸਮਝੀ ਚਾਲ ਦੇ ਅਧੀਨ ਇਹ ਏਜੰਸੀਆਂ ਨੇ ਖਤਮ ਕਰਨ ਦੀ ਗੱਲ ਕੀਤੀ ਕਿ ਸਾਰਿਆਂ ਨੂੰ ਖਤਮ ਕੀਤਾ ਜਾਵੇ, ਉਸ ਦੇ ਵਿੱਚ ਇਹਨਾਂ ਨਗਰ ਜਲਾਲਾਬਾਦ ਅਤੇ ਗਗੜੇਵਾਲ ਦੇ ਜਿਹੜੇ ਸਿੰਘ ਸੀ ਉਹਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਕਈਆਂ ਨੇ ਸ਼ਹੀਦੀਆਂ ਜਿਹੜੀਆਂ ਸਨ ਉਹ ਨਜਾਇਜ਼ ਤਸ਼ੱਦਦ ਕਰਕੇ ਪੁਲਿਸ ਨੇ ਉਹਨਾਂ ਨੇ ਪਾਈਆਂ। ਫੌਜ ਨੇ ਜਦੋਂ 1984 ਦੇ ਵਿੱਚ ਵੀ ਸਾਡੇ ਕੋਲ ਇਹੋ ਜਿਹੇ ਪਰਿਵਾਰ ਇੱਥੇ ਆ ਕਿ ਫੌਜ ਨੇ ਵੀ ਤਸ਼ੱਦਦ ਕੀਤੇ ਆ ਬਹੁਤ ਜ਼ਿਆਦਾ, ਕਈਆਂ ਦੇ ਨਹੁੰ ਤੱਕ ਅਖੇੜੇ ਅਤੇ ਬੜੀ ਹਾਲਤ ਨਾਲ ਉਹਨਾਂ ਦੇ ਤਸ਼ੱਦਦ ਢਾਇਆ, ਇੱਥੋਂ ਤੱਕ ਕਿ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਵੀ ਉਸ ਟਾਈਮ ਮਾਰਿਆ। ਸਾਡੇ ਸਰਪੰਚ ਸੀ ਸਾਬਕਾ, ਉਹਨਾਂ ਦੇ ਵੀ ਗੋਲੀ ਲੱਗੀ 84 ਦੇ ਵਿੱਚ ਫੌਜ ਨੇ। ਬਾਅਦ 'ਚ ਜਿਹੜਾ ਕੰਮ ਚੱਲਿਆ ਇਹਦੇ ਵਿੱਚ ਤਕਰੀਬਨ ਸਿੰਘ ਤੁਹਾਨੂੰ ਬਹੁਤੇ ਉਹ ਵੀ ਨਾਂ ਤੌਰ 'ਤੇ ਵੀ ਅਸੀਂ ਦੱਸ ਦੇਵਾਂਗੇ, ਜਿਨ੍ਹਾਂ ਦਾ ਕਿਸੇ ਦਾ ਭਰਾ ਕਿਸੇ ਦਾ ਬਾਪ ਪਰਿਵਾਰ ਦੇ ਵਿੱਚੋਂ ਜਿਹੜਾ ਸੀ ਉਹ ਤਸ਼ੱਦਦ ਦੇ ਨਾਲ ਸ਼ਹੀਦ ਹੋਏ। ਅਤੇ ਬਾਬਾ ਜੀ ਇੱਥੇ ਮੈਂ ਜ਼ਰੂਰ ਆਪ ਜੀ ਨੇ ਜ਼ਿਕਰ ਕੀਤਾ ਓਪਰੇਸ਼ਨ ਬਲੂ ਸਟਾਰ ਦਾ, ਸੋ ਉੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਜੁਝਾਰੂ ਸਿੰਘ ਜਿੰਨੇ ਹਾਜ਼ਰ ਸਨ ਉਹਨਾਂ ਨੂੰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਕਿ ਜੀ ਇੱਕ ਅੱਤਵਾਦੀਆਂ ਦੇ ਰੂਪ ਦੇ ਵਿੱਚ ਉਹਨਾਂ ਦਾ ਕਬਜ਼ਾ ਸੀ ਅਤੇ ਸਰਕਾਰ ਨੇ ਉਸ ਕਬਜ਼ੇ ਨੂੰ ਤੋੜਨ ਵਾਸਤੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਜਿਹੜੀ ਤਸਵੀਰ ਸਰਕਾਰ ਪੇਸ਼ ਕਰਦੀ ਹੈ। ਪਰ ਆਪ ਜੀ ਦਾ ਇਹ ਨਗਰ ਜਲਾਲਾਬਾਦ ਅਤੇ ਨਾਲ ਜੀ ਗਗੜੇਵਾਲ ਦਾ ਆਪਣੇ ਜ਼ਿਕਰ ਕੀਤਾ ਅਤੇ ਹੋਰ ਵੀ ਲਾਗੇ ਪਿੰਡਾਂ ਦੇ, ਜਿਹੜਾ ਫੌਜ ਨੇ ਇੱਥੇ ਆ ਕਰਕੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾਂ ਇੱਥੇ ਆ ਕਰਕੇ ਜਿਹੜਾ ਨਗਰ ਨਿਵਾਸੀਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਉਹਦੇ ਬਾਰੇ ਮੈਂ ਚਾਹੁੰਦਾ ਥੋੜ੍ਹਾ ਜਿਹਾ ਆਪ ਜੀ ਵਿਸਥਾਰ ਸਹਿਤ ਸੰਗਤਾਂ ਨੂੰ ਦੱਸੋ, ਕਿਉਂਕਿ ਨੌਜਵਾਨਾਂ ਦੇ ਮਨਾਂ ਦੇ ਅੰਦਰ ਇਹ ਭਾਵ ਪੈਦਾ ਕੀਤਾ ਜਾਂਦਾ ਹੈ ਕਿ ਜੀ ਕੇਵਲ ਦਰਬਾਰ ਸਾਹਿਬ ਉੱਪਰ ਹੀ ਹਮਲਾ ਹੋਇਆ ਅਤੇ ਉੱਥੇ ਦੇ ਕਸੂਰਵਾਰ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਸਨ, ਪਰ ਜਿਹੜੇ ਆਮ ਨਗਰਾਂ ਦੇ ਵਿੱਚ ਆਮ ਨਗਰ ਨਿਵਾਸੀ ਸਨ ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ, ਬੇਕਸੂਰ ਅਤੇ ਬੇਲੋੜੇ ਆ ਕੇ ਨੌਜਵਾਨਾਂ ਨੂੰ ਮਾਰ ਦੇਣਾ, ਉਹਦਾ ਪੱਖ ਕਦੇ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ। ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਕਿ ਜਿਹੜੇ ਨੌਜਵਾਨ ਸ਼ਹੀਦ ਹੋਏ ਨੇ ਜਾਂ 1984 ਦੇ ਦਰਬਾਰ ਸਾਹਿਬ ਜੀ ਦੇ ਸਾਕੇ ਤੋਂ ਬਾਅਦ ਜਿਹੜਾ ਉਸ ਬਾਰੇ ਆਪ ਜੀ ਜ਼ਰੂਰ ਕੁਝ ਨਾ ਕੁਝ ਜਾਣਕਾਰੀ ਸਾਂਝੀ ਕਰੋ। ਹਾਂਜੀ, ਇਹ ਤੁਹਾਡੀ ਗੱਲ ਸਹੀ ਆ ਵੀ ਇਹ ਅਸੀਂ ਕਹਿੰਦੇ ਹਾਂ ਵੀ ਦਰਬਾਰ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਜੀ ਉਹਦੇ ਕਰਕੇ ਅਟੈਕ ਕੀਤਾ। ਹੁਣ ਤੁਹਾਨੂੰ ਜਲਾਲਾਬਾਦ ਜਾਂ ਇਹਨਾਂ ਪਿੰਡਾਂ ਦੇ ਵਿੱਚ ਤਾਂ ਸੰਤ ਜਰਨੈਲ ਸਿੰਘ ਨਹੀਂ ਸੀ ਬੈਠਾ, ਠੀਕ ਹੈ ਨਾ ਜੀ। ਇਸ ਪਿੰਡਾਂ ਦੇ ਉੱਤੇ ਵੀ ਜਿਹੜਾ ਤਸ਼ੱਦਦ ਦਾ ਦੌਰ ਉਦੋਂ ਚੱਲਿਆ ਨਸਲਕੁਸ਼ੀ ਦਾ, ਉਹ ਇਹੋ ਜਿਹਾ ਚੱਲਿਆ ਕਿ ਘਰਾਂ ਦੇ ਵਿੱਚ ਤਕਰੀਬਨ ਮੇਰਾ ਖਿਆਲ ਨਹੀਂ ਜਿਹੜਾ ਅੰਮ੍ਰਿਤਧਾਰੀ ਸੀ ਉਹਨਾਂ ਨੂੰ ਰਹਿਣ ਦਿੱਤਾ ਹੋਵੇ। ਹਰ ਇੱਕ ਘਰ ਦੇ ਵਿੱਚ ਇਹੋ ਜਿਹਾ ਉਹਨਾਂ ਨੇ ਇੱਕ ਦੌਰ ਚਲਾਇਆ ਵੀ ਤਸ਼ੱਦਦ ਸਾਹਮਣੇ ਕਰਕੇ ਅਤੇ ਇੱਕ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਲੋਕ ਜਿਹੜੇ ਆ ਸਿੱਖੀ ਤੋਂ ਪਰੇ ਹੋ ਜਾਣ, ਇਸ ਬੰਨੇ ਧਿਆਨ ਹੀ ਨਾ ਕੋਈ ਦੇਣ। 84 ਦੇ ਵਿੱਚ ਠੀਕ ਸੀ ਮਹਾਂਪੁਰਖਾਂ ਦੀ ਉਦੋਂ ਜਿਹੜੀ ਧਰਮਯੁੱਧ ਮੋਰਚੇ ਦੀ ਗੱਲ ਚੱਲੀ ਸੀ, ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਉਹਦੇ ਲੜੀ ਦੇ ਅਧੀਨ ਸਾਰੇ ਲੋਕ ਨਾਲ ਜੁੜੇ ਸੀ ਵੀ ਸਾਨੀਆਂ ਉਸੇ ਵੱਧ ਅਧਿਕਾਰਾਂ ਦੀਆਂ ਮੰਗਾਂ ਵਾ, ਸਾਡਾ ਕੁਝ ਨਾ ਕੁਝ ਪੰਜਾਬ ਦਾ ਜਿਹੜਾ ਸੀ ਉਹ ਭਵਿੱਖ ਚੰਗਾ ਬਣਾਉਣ ਵਾਸਤੇ ਸੈਂਟਰ ਦੇ ਨਾਲ ਕੋਈ ਨਾ ਕੋਈ ਮੰਗਾਂ ਦੀ ਡਿਮਾਂਡ ਸੀ, ਉਹਦੇ ਕਰਕੇ ਸਾਰੇ ਲੋਕ ਨਾਲ ਜੁੜੇ ਸੀ। ਨਾ ਕਿ ਕੋਈ ਉੱਥੇ ਅੱਤਵਾਦ ਦੀ ਗੱਲ ਹੁੰਦੀ ਸੀ, ਅੱਤਵਾਦ ਤਾਂ ਉਹ ਹੁੰਦਾ ਵਾ ਜਿਹੜਾ ਪਿੰਡਾਂ ਦੇ ਵਿੱਚ
ਅੱਤ ਕਰ ਦੇਣੀ। ਅੱਤ ਦੀ ਕੋਈ ਗੱਲ ਅਸੀਂ ਤਾਂ ਸੁਣੀ ਨਹੀਂ, 84 ਤੋਂ ਪਹਿਲਾਂ ਜੇ ਕੋਈ ਅੱਤ ਦੀ ਗੱਲ ਪਿੰਡਾਂ ਦੇ ਵਿੱਚ ਹੋਈ ਹੋਵੇ, ਲੋਕ ਸਗੋਂ ਧਾਰਮਿਕ ਤੌਰ 'ਤੇ ਨਾਲ ਜੁੜ ਰਹੇ ਸੀ। ਨਸ਼ੇ ਛੱਡਣ ਦੀ ਗੱਲ ਸੀ ਮਹਾਂਪੁਰਖਾਂ ਦੀ, ਨਸ਼ੇ ਛੱਡ ਕੇ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣ ਰਹੇ ਸੀ। ਇਹਨੂੰ ਆਪਾਂ ਅੱਤਵਾਦੀ ਕਹਿ ਦਾਂਗੇ, ਜਿਹੜਾ ਇੱਕ ਬ੍ਰਾਹਮਣ ਪਰਿਵਾਰ ਸਾਡਾ, ਇਹ ਆਪਣਾ ਤੁਹਾਨੂੰ ਇਹ ਮਿਸਾਲ ਹੈ ਇੱਕ। ਜੇ ਅੱਤਵਾਦੀ ਹੁੰਦੇ ਤਾਂ ਇਹ ਜਾ ਕੇ ਅੰਮ੍ਰਿਤ ਛੱਕ ਕੇ ਅਤੇ ਗੁਰੂ ਵਾਲਾ ਬਣ ਕੇ ਅਤੇ ਉੱਥੇ ਸ਼ਹੀਦੀ ਕਿਉਂ ਪਾਉਂਦਾ? ਇਹਨਾਂ ਦੇ ਪਰਿਵਾਰ ਦੇ ਵੀ ਕੋਈ ਜਿਹੜੇ ਜੀ ਸ਼ਹੀਦ ਹੋਏ ਨੇ? ਇੱਕ ਪਰਿਵਾਰ ਦਾ ਇਹਨਾਂ ਦਾ ਚਾਚਾ ਜੀ ਸੀ, ਉਹ ਪੰਡਿਤ ਪਰਿਵਾਰ 'ਚੋਂ ਸੀ। ਉਹਨਾਂ ਦਾ ਹਰਦੇਵ ਸਿੰਘ ਸੀ, ਪਹਿਲਾਂ ਉਹਨਾਂ ਦਾ ਨਾਂ ਅਸ਼ੋਕ ਕੁਮਾਰ ਸੀ। ਉਹ ਜਾ ਕੇ ਉੱਥੇ ਵੇਖੋ, ਉਹਨੇ ਉਹਨਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਸੰਤਾਂ ਦੇ, ਅਤੇ ਉਹਨਾਂ ਨੇ ਅੰਮ੍ਰਿਤ ਛੱਕ ਕੇ ਨਾਂ ਹਰਦੇਵ ਸਿੰਘ ਰੱਖਿਆ, ਉਹਨਾਂ ਨੇ ਸ਼ਹੀਦੀ ਪਾਈ। ਜੇ ਉਹਨਾਂ ਦੇ ਵਿੱਚ ਕੋਈ ਅੱਤਵਾਦੀ ਹੁੰਦਾ, ਅੱਤਵਾਦੀ ਵਾਲੀ ਗੱਲ ਹੁੰਦੀ, ਤਾਂ ਉਹ ਬ੍ਰਾਹਮਣ ਪਰਿਵਾਰ, ਪੰਡਿਤਾਂ ਦੇ ਪਰਿਵਾਰ ਜਾ ਕੇ ਉੱਥੇ ਕਿਉਂ ਉਹਨਾਂ ਦੇ ਨਾਲ ਸਹਿਯੋਗ ਕਰਦੇ? ਸੋ ਬਾਬਾ ਜੀ, ਮੈਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ, ਬਾਕੀ ਸੱਜਣਾਂ ਤੋਂ ਵੀ ਮੈਂ ਥੋੜ੍ਹਾ ਥੋੜ੍ਹਾ ਜਾਣਕਾਰੀ ਲੈਣਾ ਚਾਹਾਂਗਾ। ਸੋ ਜਿਸ ਤਰ੍ਹਾਂ ਆਪ ਜੀ ਨੇ ਹੁਣੇ ਹੀ ਇਸ ਗੱਲ ਦੀ ਜਿਹੜੀ ਹੈ ਉਹ ਸਰਵਣ ਕੀਤਾ ਹੈ ਕਿ ਦੂਸਰੇ ਧਰਮਾਂ ਦੇ ਮੰਨਣ ਵਾਲੇ ਲੋਕ ਵੀ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਜਾ ਕਰਕੇ ਉਹਨਾਂ ਦੀ ਸੋਚ ਨੂੰ ਪ੍ਰਣਾਮ ਕਰਦਿਆਂ ਹੋਇਆਂ, ਜਿਸ ਮਿਸ਼ਨ ਨੂੰ ਲੈ ਕੇ ਉਹ ਚੱਲੇ ਹੋਏ ਸਨ, ਉਹਨਾਂ ਦੀ ਗੱਲ ਨੂੰ ਸਮਝਦਿਆਂ ਹੋਇਆਂ, ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਸਿੱਖ ਧਰਮ ਦੇ ਵਿੱਚ ਸ਼ਾਮਿਲ ਕੀਤਾ ਅਤੇ ਕੁਰਬਾਨੀਆਂ ਵੀ ਕੀਤੀਆਂ। ਸੋ ਮੈਂ ਭਾਈ ਸਾਹਿਬ ਤੁਹਾਡੇ ਤੋਂ ਹੀ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਇੱਕ ਮੀਡੀਆ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਜੀ ਸੰਤ ਬਾਬਾ ਜਰਨੈਲ ਸਿੰਘ ਜੀ, ਅਤੇ ਉਹਨਾਂ ਤੋਂ ਬਾਅਦ ਜਿੰਨੇ ਵੀ ਸਿੰਘ ਹਨ ਹਿੰਦੂਆਂ ਦੇ ਬੜੇ ਕੱਟੜ ਦੁਸ਼ਮਣ ਸਨ, ਹਿੰਦੂਆਂ ਨੂੰ ਜਾਣ ਬੁੱਝ ਕਰਕੇ ਮਾਰਿਆ ਜਾਂਦਾ ਸੀ, ਸ਼ਿਕਾਰ ਖੇਡਿਆ ਜਾਂਦਾ ਸੀ, ਪਰ ਆਪ ਜੀ ਦਾ ਪਰਿਵਾਰ ਅਤੇ ਦਰਸ਼ਨ ਵੀ ਕਰਕੇ ਆਇਆ ਅਤੇ ਸੰਤਾਂ ਤੋਂ ਪ੍ਰਭਾਵਿਤ ਹੋ ਕਰਕੇ ਸਿੱਖੀ ਦੇ ਵਿੱਚ ਵੀ ਆਇਆ। ਸੋ ਤੁਸੀਂ ਨਿੱਜੀ ਰੂਪ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਅਤੇ ਉਸ ਸਮੇਂ ਦੀ ਮੂਵਮੈਂਟ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਠੀਕ ਸੀ, ਸੋ ਮੇਰਾ ਖਿਆਲ ਹੈ ਕਿ ਪਰਿਵਾਰ ਵੱਲੋਂ ਜਿਹੜਾ ਹੈ ਉਹ ਨਿੱਜੀ ਰੂਪ ਦੇ ਵਿੱਚ ਉਸ ਚੀਜ਼ ਨੂੰ ਸਵੀਕਾਰ ਕੀਤਾ ਗਿਆ। ਸੋ ਮੈਂ ਅੱਗੇ ਚੱਲਦਿਆਂ ਹੋਇਆਂ ਆਪ ਜੀ ਤੋਂ ਜਾਣਕਾਰੀ ਲੈਣਾ ਚਾਹਾਂਗਾ ਜੀ ਜੀ ਉਹਨਾਂ ਤੋਂ ਵੀ ਮੈਂ ਅੱਗੇ ਚੱਲਦਿਆਂ ਜਾਣਕਾਰੀ ਵੀ ਲੈ ਲਾਂਗੇ ਅਤੇ ਆਪਾਂ ਉਹਨਾਂ ਤੋਂ ਵੀ ਜਾਣਕਾਰੀ ਲੈ ਲਾਂਗੇ। ਸੋ ਜਿਹੜੀ ਇਹ ਸਾਰੀ ਮੂਵਮੈਂਟ ਬਾਬਾ ਜੀ ਆਪਾਂ ਸਰਵਣ ਕੀਤੀ ਹੈ, ਜਿਸ ਤਰ੍ਹਾਂ ਆਪ ਜੀ ਦੇ ਨਾਲ ਪਰਿਵਾਰ ਬੈਠਾ ਹੈ, ਸੋ ਇੱਕ ਪ੍ਰਤੱਖ ਮਿਸਾਲ ਆਪਣੇ ਕੋਲ ਅੱਜ ਵੀ ਹੈ ਕਿ ਭਾਈ ਉਹ ਇੱਕ ਕੌਮ ਦੇ ਜਾਂ ਕਿਸੇ ਫਿਰਕੇ ਦੇ ਦੁਸ਼ਮਣ ਨਹੀਂ ਸਨ। ਅੱਜ ਵੀ ਤਾਂ ਸਾਡੀਆਂ ਉਹੀ ਲੋੜਾਂ ਨੇ ਕਿ ਨਸ਼ਾ ਪੰਜਾਬ 'ਚੋਂ ਖਤਮ ਹੋ ਜਾਏ, ਸਾਡੀ ਕਿਰਸਾਨੀ ਦਾ ਮੁੱਲ ਸਾਨੂੰ ਮਿਲ ਜਾਏ, ਸਾਨੂੰ ਬਰਾਬਰ ਦਾ ਅਧਿਕਾਰ ਮਿਲ ਜਾਏ, ਪਰ ਇਸ ਚੀਜ਼ ਨੂੰ ਨੈਗੇਟਿਵ ਰੂਪ ਦੇ ਵਿੱਚ ਕਿਸ ਤਰ੍ਹਾਂ ਪੇਸ਼ ਕੀਤਾ ਗਿਆ, ਆਪ ਜੀ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਇਹ ਸੰਤਾਂ ਬਾਰੇ ਜੀ, ਸੰਤਾਂ ਬਾਰੇ, ਮੂਵਮੈਂਟ ਬਾਰੇ, ਅਤੇ ਜਿਹੜਾ ਉਸ ਵਕਤ ਜਿਸ ਤਰ੍ਹਾਂ ਆਪ ਜੀ ਦੇ ਨਗਰ ਦੇ ਸਿੰਘ ਵੀ ਸ਼ਹੀਦ ਹੋਏ ਨੇ, ਸੋ ਇੱਕ ਬਾਹਰ ਇਹ ਚੀਜ਼ ਪ੍ਰਜੈਂਟ ਕੀਤੀ ਜਾਂਦੀ ਹੈ ਕਿ ਜੀ ਇਹ ਅੱਤਵਾਦੀ ਸਨ ਇਸ ਕਰਕੇ ਮਾਰੇ ਗਏ। ਵੇਰਵਾ ਸਾਰਾ ਦਿੱਤਾ ਵਾ, ਉਹ ਬਾਈ ਨੇਮ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਸਾਰਾ ਕੁਛ, ਅਤੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਸੰਤਾਂ ਦੀ, ਅਤੇ ਨਾ ਕੋਈ ਇੱਥੇ ਹਿੰਦੂ ਨੂੰ ਕਿਸੇ ਨੂੰ ਮਾਰਿਆ ਗਿਆ। ਸਮੇਂ ਦੇ ਸਾਰ ਇੱਥੋਂ ਚਲੋ ਉਜਾੜਾ ਜ਼ਰੂਰ ਹੋਇਆ ਵਾ, ਆਪੋ ਆਪਣੀਆਂ ਜ਼ਮੀਨਾਂ ਦੇ ਮਾਲਕ ਹੀ 100-100 5-5 ਕਿੱਲੇ, 50-50 60-60 ਕਿੱਲਿਆਂ ਦੇ ਉਹ ਜ਼ਮੀਨਾਂ ਵੇਖ ਕੇ ਮਾਹੌਲ ਨੂੰ ਵੇਖਦੇ ਹੋਏ ਉੱਥੋਂ ਚਲੇ ਗਏ, ਅਤੇ ਇੱਥੇ ਇੱਕ ਵੀ ਮਤਲਬ ਹਿੰਦੂ ਨੂੰ ਕਿਸੇ ਨੂੰ ਇੱਥੇ ਨਹੀਂ ਕਤਲ ਨਹੀਂ ਹੋਇਆ। ਅਤੇ ਮੈਂ ਇਹ ਗੱਲ ਪੁੱਛਣੀ ਚਾਹ ਰਿਹਾ ਸੀ ਕਿ ਜਿਸ ਤਰ੍ਹਾਂ ਆਪ ਜੀ ਦੇ ਕੋਲ ਲਿਸਟ ਵੀ ਹੈ ਜਿਹੜੇ ਸਿੰਘ ਸ਼ਹੀਦ ਹੋਏ ਨੇ, ਪਰ ਸਰਕਾਰਾਂ ਇਸ ਗੱਲ ਦਾ ਦਾਅਵਾ ਕਰਦੀਆਂ ਨੇ ਵੀ ਅਸੀਂ ਕੋਈ ਬੇਕਸੂਰ ਨਹੀਂ ਮਾਰਿਆ, ਅਸੀਂ ਅੱਤਵਾਦੀ ਹੀ ਮਾਰੇ ਨੇ, ਤੁਸੀਂ ਕੀ ਕਹੋਗੇ? ਨਹੀਂ ਜੀ, ਉਹ ਸਾਰੇ ਤੁਹਾਨੂੰ ਲਿਟ ਦੇ ਮੁਤਾਬਕ ਦੱਸਦੇ ਹਾਂ ਵੀ ਕਿੱਦਾਂ ਕਿੱਦਾਂ ਇਹਨਾਂ ਕੀਤਾ, ਉਹ ਸਾਰਾ ਵਰਣਨ ਕੀਤਾ ਵਾ, ਉਹ ਜਦੋਂ ਤੁਸੀਂ ਆਖੋਗੇ ਅਸੀਂ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦਾ ਇਤਿਹਾਸ ਦਾ ਵੇਰਵਾ ਪਿੰਡ ਜਲਾਲਾਬਾਦ ਉੱਤਰੀ ਜ਼ਿਲ੍ਹਾ ਤਰਨ ਤਾਰਨ ਤਹਿਸੀਲ ਖਡੂਰ ਸਾਹਿਬ ਦਾ ਮਿਲਟਰੀ ਦਾ ਤਸ਼ੱਦਦ ਦਾ ਵੇਰਵਾ ਇਸ ਪ੍ਰਕਾਰ ਹੈ। ਸ੍ਰੀ ਦਰਬਾਰ ਸਾਹਿਬ ਹੋਏ ਸ਼ਹੀਦ ਸਿੰਘਾਂ ਦਾ ਵੇਰਵਾ, ਕੁੱਲ ਸਿੰਘ 12, ਜਲਾਲਾਬਾਦ ਦੇ 12 ਸਿੰਘ ਸੀ ਉੱਥੇ,
ਜਿਨ੍ਹਾਂ 'ਚੋਂ ਸ਼ਹੀਦਾਂ ਦੀ ਪਹਿਲੋਂ ਗਿਣਤੀ ਆਉਂਦੀ ਹੈ, ਬਾਬਾ ਨੱਥਾ ਸਿੰਘ ਜੀ, ਸਨ ਆਫ ਸਰਦਾਰ ਲਛਮਣ ਸਿੰਘ ਕੰਗ, ਸਰਦਾਰ ਚੰਨਣ ਸਿੰਘ ਜੀ, ਸਨ ਆਫ ਹਾਂਜੀ ਹਜ਼ਾਰਾ ਸਿੰਘ ਜੀ, ਹਾਂਜੀ ਚੰਨਣ ਸਿੰਘ, ਸੋਹਣ ਸਿੰਘ ਜੀ, ਫੌਜੀ ਸੁਖਚੈਨ ਸਿੰਘ ਜੀ, ਸਨ ਆਫ ਗੁਰਾ ਸਿੰਘ ਜੀ ਕੰਗ, ਗੁਰਨਾਮ ਸਿੰਘ ਜੀ, ਸਨ ਆਫ ਧੀਰਾ ਸਿੰਘ ਜੀ ਕੰਗ, ਹਰਦੇਵ ਸਿੰਘ ਭੋਲੀ ਜੋ ਕਿ ਪੰਡਿਤ ਘਰਾਣੇ ਨਾਲ ਸੰਬੰਧਿਤ ਹਿੰਦੂਆਂ ਨਾਲ ਹੀ, ਸਨ ਆਫ ਜਗਦੀਸ਼ ਰਾਏ ਪੰਡਿਤ, ਉਹ ਵੀ ਉੱਥੇ ਸ਼ਹੀਦ ਹੋਏ, ਰਾਜਵੀਰ ਸਿੰਘ, ਸਨ ਆਫ ਸਰਦਾਰ ਤਲੋਚਨ ਸਿੰਘ ਸੰਧੂ, ਉਹਨਾਂ ਦਾ ਲੜਕਾ ਵੀ ਰਾਜਵੀਰ ਸਿੰਘ ਉੱਥੇ ਸ਼ਹੀਦ ਹੋਇਆ, ਅਤੇ ਉੱਥੋਂ ਜਿਹੜੇ ਬਚੇ ਆ ਉਹ ਛੇ ਸਿੰਘ, ਬਾਬਾ ਸੁਖਵੰਤ ਸਿੰਘ ਜੀ, ਸਨ ਆਫ ਸਰਦਾਰ ਮਹਿੰਦਰ ਸਿੰਘ ਕੰਗ ਜੋ ਕਿ ਸਾਡੇ ਇੱਥੇ ਗੁਰਦੁਆਰੇ ਦੀ ਸੇਵਾ ਕਰਾ ਰਹੇ, ਬਾਬਾ ਜੀ ਦਲਵੀਰ ਸਿੰਘ, ਸਨ ਆਫ ਸੋਹਣ ਸਿੰਘ ਜੀ ਲੋਕੇ ਪਿੰਡ, ਉਹਨਾਂ ਦਾ ਵੀ ਜਲਾਲਾਬਾਦ ਹੈ ਪਿੱਛੋਂ, ਮਤਲਬ ਉਹਨਾਂ ਦੀ ਲੋਕੇ ਆ, ਬਾਪੂ ਗੁਰਮੇਲ ਸਿੰਘ, ਸਨ ਆਫ ਤੇਜਾ ਸਿੰਘ ਜੀ, ਸਾਧੂ ਸਿੰਘ, ਸਨ ਆਫ ਸਾਧੂ ਸਿੰਘ ਜੀ, ਅਤੇ ਉਹ ਵੀ ਉੱਥੇ ਜੋਧਪੁਰ ਗਏ ਜੀ, ਸਰਦਾਰ ਜਸਵੀਰ ਸਿੰਘ, ਸਨ ਆਫ ਸਰਜੀਤ ਸਿੰਘ, ਇਹ ਮੇਰੇ ਤੋਂ ਛੋਟਾ ਭਰਾ ਸੀ ਜੀ ਮੇਰਾ, ਇਹ ਵੀ ਜੋਧਪੁਰ ਉੱਥੇ ਜੇਲ੍ਹ ਕੱਟ ਕੇ ਆਏ, ਜਸਪਾਲ ਸਿੰਘ, ਸਨ ਆਫ ਕਰਤਾਰ ਸਿੰਘ, ਇਹ ਕੈਰੋਂ ਪਰਿਵਾਰ ਨਾਲ ਸੰਬੰਧਿਤ ਸੀ, ਇਹ ਵੀ ਇੱਥੇ ਸਾਡੇ ਪਿੰਡ ਦੇ ਜਲਾਲਾਬਾਦ ਦੇ, ਇਹ ਉੱਥੇ ਇਹਨਾਂ 'ਚੋਂ ਇੱਕ ਸਿੰਘ ਜੋ ਕਿ ਇੱਥੇ ਹਾਜ਼ਰ ਹੈ ਤੁਸੀਂ ਉਹਨਾਂ ਕਰੋਗੇ, ਉਹਨੂੰ ਮਿਲਟਰੀ ਨੇ ਪਤਾ ਨਹੀਂ 17 ਸਾਲ ਉਹਨਾਂ ਦੀ ਉਮਰ ਸੀ, ਭਾਈ ਮੰਗਾ ਸਿੰਘ ਨਾ ਸੁਖਜਿੰਦਰ ਸਿੰਘ ਸਿੱਧਾ ਉਹਨਾਂ ਦਾ, ਸਰਦਾਰ ਜਗਿੰਦਰ ਸਿੰਘ, ਸਨ ਆਫ ਉਹਨਾਂ ਦੇ ਲੜਕੇ ਸੀ, ਅਤੇ ਉਹਨਾਂ ਨੂੰ ਮਿਲਟਰੀ ਨੇ ਆਪਣੀ ਕਸਟਡੀ ਵਿੱਚੋਂ ਰਿਹਾਅ ਕਰ ਦਿੱਤਾ, ਇਹ ਪੰਜ ਸਿੰਘ ਜੋਧਪੁਰ ਰਹੇ ਆ। ਪਿੰਡ ਜਲਾਲਾਬਾਦ ਦੇ ਸਿੰਘਾਂ ਦਾ ਕੇਸਾਂ ਦਾ ਵੇਰਵਾ ਇਸ ਪ੍ਰਕਾਰ ਹੈ, ਬਲਬੀਰ ਸਿੰਘ, ਸਨ ਆਫ ਸਰਜੀਤ ਸਿੰਘ ਸੰਧੂ ਗਮਟਾਲਾ ਜੇਲ੍ਹ ਅੰਮ੍ਰਿਤਸਰ ਵਿੱਚ ਜੇਲ੍ਹ ਕੱਟੀ, ਮਗਤਾਰ ਸਿੰਘ, ਸਨ ਆਫ ਸ੍ਰੀ ਸਰਦਾਰ ਗੁਰਮੇਲ ਸਿੰਘ ਸੰਧੂ, ਉਹ ਵੀ ਇਸੇ ਕੇਸ ਵਿੱਚ ਆਪਣੇ ਗਮਟਾਲੇ ਜੇਲ੍ਹ 'ਚ ਰਹੇ, ਦਲਵੀਰ ਸਿੰਘ, ਸਨ ਆਫ ਧਰਮ ਸਿੰਘ ਸਰਗੋਧੀਏ ਕੰਗ ਜੇਲ੍ਹ ਵਿੱਚ, ਇਹ ਵੀ ਉੱਥੇ ਇਹਨਾਂ ਜੇਲ੍ਹ ਕੱਟੀ, ਸੂਬੇਦਾਰ ਜਗੀਰ ਸਿੰਘ, ਸਨ ਆਫ ਬਾਬਾ ਜੀ ਪਤਾ ਜੀ ਸੂਬੇਦਾਰ ਜਗੀਰ ਸਿੰਘ, ਚਲੋ ਜਗੀਰ ਸਿੰਘ ਸੂਬੇਦਾਰ ਸੀ, ਉਹ ਮਿਲਟਰੀ ਦੇ ਉਹ ਵੀ ਇੱਕ ਅਫਸਰ ਹੈ, ਉਹਨਾਂ ਨੇ ਵੀ ਸਾਡੇ ਨਾਲ ਉੱਥੇ ਜੇਲ੍ਹ ਕੱਟੀ ਗਮਟਾਲਾ ਜੇਲ੍ਹ ਵਿੱਚ, ਨਿਰਮਲ ਸਿੰਘ ਫੌਜੀ, ਸਨ ਆਫ ਕਰਨੈਲ ਸਿੰਘ ਕੰਗ, ਉਹ ਵੀ ਜੇਲ੍ਹ ਵਿੱਚ ਸਾਡੇ ਨਾਲ ਰਹੇ, ਸੁਖਵਿੰਦਰ ਸਿੰਘ ਖਾਸੀਏ, ਬਾਪੂ ਦਾ ਨਾਮ ਵੀ ਸੀ ਬਾਪੂ ਦਾ, ਸੁਖਦੇਵ ਸਿੰਘ, ਸਨ ਆਫ ਕਰਨੈਲ ਸਿੰਘ, ਉਹਨਾਂ ਦੇ ਲੜਕੇ ਵੀ ਸਾਡੇ ਨਾਲ ਰਹੇ ਉੱਥੇ ਜੇਲ੍ਹ, ਉਹਨਾਂ ਵੀ ਕੱਟੀ, ਮਾਸਟਰ ਲਖਬੀਰ ਸਿੰਘ ਲੱਖੂ ਖੋਜਗੀਪੁਰ ਪਿੰਡ ਉਹਨਾਂ ਦਾ, ਉਹ ਵੀ ਜਲਾਲਾਬਾਦ ਰਹਿ ਰਹੇ, ਉਹਨਾਂ ਵੀ ਜੇਲ੍ਹ ਕੱਟੀ ਉੱਥੇ ਸਾਡੇ ਨਾਲ ਜੀ, ਮਾਸਟਰ ਰਣਜੀਤ ਸਿੰਘ, ਸਨ ਆਫ ਕਰਤਾਰ ਸਿੰਘ, ਉਹ ਵੀ ਜੇਲ੍ਹ 'ਚ ਰਹੇ ਇੱਥੇ ਜੀ, ਜਥੇਦਾਰ ਚੰਨਣ ਸਿੰਘ, ਸਨ ਆਫ ਕਰਤਾਰ ਸਿੰਘ ਵੀਹ ਵਾਲੇ ਕਰਕੇ, ਉਹ ਵੀ ਜਲਾਲਾਬਾਦ ਦੇ ਸਿੰਘ, ਉਹ ਵੀ ਇੱਥੇ ਦੇ, ਬਹਾਲ ਸਿੰਘ, ਸਨ ਆਫ ਹਰੀ ਸਿੰਘ ਕੰਗ, ਉਹ ਵੀ ਜੇਲ੍ਹ ਵਿੱਚ ਰਹੇ। ਹਾਂਜੀ ਇੱਕ ਗਾੜੀ ਆਉਂਦਾ, ਕਸ਼ਮੀਰ ਸਿੰਘ ਜੀ ਸ਼ੀਰਾ, ਸਨ ਆਫ ਸਸਵਰਨ ਸਿੰਘ ਨਾਗੋਵਾਲੀਏ, ਉਹ ਬਜ਼ੁਰਗ ਉਹਨਾਂ ਦੇ ਬਾਪ ਬੈਠੇ ਆ, ਉਹਨਾਂ ਦੇ ਵੱਡੇ ਲੜਕੇ ਸੀ, ਉਹ ਸੁਰਗਾਸ ਹੋ ਗਏ ਆ। ਕੁਲਵਿੰਦਰ ਸਿੰਘ ਉਹਨਾਂ ਦਾ ਛੋਟਾ ਲੜਕਾ ਸੀ, ਸਨ ਆਫ ਸਵਰਨ ਸਿੰਘ, ਉਹ ਵੀ ਉਹ ਬਜ਼ੁਰਗਾਂ ਦਾ ਲੜਕਾ ਸੀ, ਦੋ ਲੜਕੇ ਵੀ ਸਾਡੇ ਨਾਲ ਜੇਲ੍ਹ 'ਚ ਰਹੇ ਉੱਤੇ। ਸਰਦਾਰਾ ਸਿੰਘ ਸ਼ਾਹ, ਸਨ ਆਫ ਸਰਦਾਰ ਭਾਨ ਸਿੰਘ ਪੰਡਾਲ ਤੋਂ ਜੋ ਕਿ ਸਾਡੇ ਪਿੰਡ ਵਸੇ ਜਲਾਲਾਬਾਦ, ਉਹ ਵੀ ਜੇਲ੍ਹ ਵਿੱਚ ਰਹੇ। ਸਰਦਾਰ ਸਵਰਨ ਸਿੰਘ,
ਸਾਨੂੰ ਅਫਸਰਦਾਰ ਹਜ਼ਾਰਾ ਸਿੰਘ ਕੈਰੋਂ ਵਾਲੀਏ ਉਹ ਵੀ ਜੇਲ੍ਹ ਵਿੱਚ ਅਸੀਂ ਇਕੱਠੇ ਉੱਤੇ ਰਹੇ। ਜਿਨ੍ਹਾਂ ਸਿੰਘਾਂ 'ਤੇ ਮਿਲਟਰੀ ਨੇ ਤਸ਼ੱਦਦ ਕੀਤਾ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਜਗਤਾਰ ਸਿੰਘ ਸਨੋਫ ਊਧਮ ਸਿੰਘ ਸੰਧੂ, ਗੁਰਮੀਤ ਸਿੰਘ ਸਨੋਫ ਕਰਤਾਰ ਸਿੰਘ ਸੰਧੂ, ਗੁਰਮੇਜ ਸਿੰਘ ਸਨ ਬਜ਼ੁਰਗ ਹੀ ਉਹ, ਅਤੇ ਅਜੀਤ ਸਿੰਘ ਸਨੋਫ ਗੁਰਮੇਜ ਸਿੰਘ ਉਹਨਾਂ ਦਾ ਲੜਕਾ ਸੀ, ਉਹ 'ਤੇ ਵੀ ਮਿਲਟਰੀ ਨੇ ਤਸ਼ੱਦਦ ਕੀਤਾ। ਸਤਨਾਮ ਸਿੰਘ ਸਨੋਫ ਚਰਨ ਸਿੰਘ ਵੀ ਵਾਲੇ ਜਿਨ੍ਹਾਂ ਦਾ ਉਹ ਬਾਪ ਸਾਡੇ ਨਾਲ ਜੇਲ੍ਹ 'ਚ ਹੀ, ਉਹ 'ਤੇ ਵੀ ਤਸ਼ੱਦਦ ਮਿਲਟਰੀ ਨੇ ਕੀਤਾ। ਭਜਨ ਸਿੰਘ ਸਨੋਫ ਕਰਤਾਰ ਸਿੰਘ ਉਹ ਚਰਨ ਸਿੰਘ ਜਹਿਦਾਰ ਦਾ ਭਰਾ ਸੀ, ਉਹ 'ਤੇ ਵੀ ਤਸ਼ੱਦਦ ਮਿਲਟਰੀ ਨੇ ਕੀਤਾ। ਕਸ਼ਮੀਰ ਸਿੰਘ, ਸ਼ੇਰ ਸਿੰਘ ਉਰਫ ਸ਼ੇਰ ਸਿੰਘ ਸਨੋਫ ਹਰੀ ਸਿੰਘ ਉਹਨਾਂ 'ਤੇ ਵੀ ਬਹੁਤ ਤਸ਼ੱਦਦ ਮਿਲਟਰੀ ਨੇ ਕੀਤਾ। ਲਖਬੀਰ ਸਿੰਘ ਪੰਡਾਲ ਸਨੋਫ ਭਾਨ ਸਿੰਘ ਜੋ ਕਿ ਜਲਾਲਾਬਾਦ ਰਹਿੰਦੇ ਉਹਨਾਂ 'ਤੇ ਵੀ ਤਸ਼ੱਦਦ ਕੀਤਾ। ਸਤਨਾਮ ਸਿੰਘ ਉਹਨਾਂ 'ਤੇ ਵੀ ਤਸ਼ੱਦਦ ਕੀਤਾ, ਉਹਨਾਂ ਦਾ ਭਾਈ ਸਾਹਿਬ ਵੀ ਸਾਡੇ ਨਾਲ ਜੇਲ੍ਹ 'ਚ ਰਿਹਾ ਵਾ, ਪਰ ਉਹਨਾਂ ਨੂੰ ਇੱਥੋਂ ਮਿਲਟਰੀ ਨੇ ਤਸ਼ੱਦਦ ਕਰਕੇ ਉਹਨਾਂ ਦੇ ਨੌ ਸਾਰਿਆਂ ਦੇ ਇਹਨਾਂ ਸਿੰਘਾਂ ਦੇ ਪੁੱਟ ਕੇ ਬੁਰੀ ਹਾਲਤ ਕਰਕੇ ਅਤੇ ਇਹਨਾਂ ਨੂੰ ਇੱਥੇ ਉਹਨਾਂ 'ਤੇ ਕੇਸ ਕੋਈ ਨਹੀਂ ਪਾਇਆ। ਮਿਲਟਰੀ ਹੱਥੋਂ ਮਾਰੇ ਗਏ ਦਾ ਵੇਰਵਾ ਇਸ ਪ੍ਰਕਾਰ ਹੈ। ਸਰਦਾਰ ਸੁਲੱਖਣ ਸਿੰਘ ਚੌਂਕੀਦਾਰ ਦਾ ਲੜਕਾ, ਨਾਂ ਦੱਸੇ ਲੜਕੇ ਦਾ, ਕਰਨੈਲ ਸਿੰਘ ਉਹਨਾਂ ਦਾ ਲੜਕਾ, ਉਸਨੂੰ ਮਿਲਟਰੀ ਨੇ ਗੋਲੀ ਮਾਰ ਕੇ ਮੌਕੇ 'ਤੇ ਸ਼ਹੀਦ ਕਰ ਦਿੱਤਾ। ਕੁੰਨੜ ਸਿੰਘ ਸਰਪੰਚ, ਉਹਨਾਂ 'ਤੇ ਵੀ ਗੋਲੀ ਲੱਗੀ, ਗੋਲੀ ਨਾਲ ਫੱਟੜ ਹੋ ਗਏ ਪਰ ਉਹ ਬਚ ਗਏ। ਗੁਰਮੀਤ ਸਿੰਘ ਸਿਪਾਹੀ ਜੋ ਕਿ ਇੱਥੋਂ 'ਤੇ ਮਿਲਟਰੀ ਨੇ ਸਾਡੇ ਕੋਲ ਫੜਿਆ ਵਾ ਉਹਨੂੰ, ਉਹਨੇ ਪਿੰਡ ਲਾਗੋਂ ਜਲਾਲਾਬਾਦ ਦੀ ਹੱਦ 'ਚੋਂ, ਅਤੇ ਗਾੜੀ ਪਤਾ ਨਹੀਂ ਉਹ ਮਿਲਟਰੀ ਨੇ ਉਹਨੂੰ ਸ਼ਹੀਦ ਕੀਤਾ ਕਿ ਉਹਨੂੰ ਜੋ ਮੌਕੇ 'ਤੇ ਫੜਦੀ ਉਹ ਮਿਲਟਰੀ ਕਰਨ ਡਈ ਉਹਦੇ ਨਾਲ ਸਭ ਕੁਛ। ਅਤੇ ਲੱਖਾ ਸਿੰਘ ਸਨੋਫ ਸਵਰਨ ਸਿੰਘ ਉਹ ਵੀ ਮਿਲਟਰੀ ਨੇ ਫੜਿਆ ਵਾ, ਉਹ ਆਪਣੇ ਚਾਚੇ ਦੇ ਘਰ ਵਿੱਚ ਸਾਡੇ ਗੁਆਂਢ ਸੀ ਬਿਲਕੁਲ, ਉੱਥੋਂ ਮਿਲਟਰੀ ਨੇ ਫੜ ਕੇ ਖੜਿਆ, ਲੋਕਾਂ ਨੇ ਵੇਖਿਆ ਉਹਨੂੰ ਮਿਲਟਰੀ ਨੇ ਗੱਡੀਆਂ ਨੂੰ। ਗੁੱਲੂ ਸਿੰਘ ਸਨੋਫ ਚੂਨੀ ਸਿੰਘ ਉਹਨਾਂ ਨੂੰ ਮਿਲਟਰੀ ਨੇ ਫੜ ਕੇ ਮਤਲਬ ਫੜਿਆ ਵਾ, ਗਾਂਹ ਪਤਾ ਨਹੀਂ ਉਹਨਾਂ ਪੁਲਿਸ ਨੂੰ ਦਿੱਤਾ, ਅਤੇ ਉਹ ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ, ਇਹ ਮਿਲਟਰੀ ਨੇ ਬੰਦੇ ਫੜੇ ਆ। ਪੁਲਿਸ ਵੱਲੋਂ ਮਾਰੇ ਗਏ ਆਦਮੀਆਂ ਦਾ ਵੇਰਵਾ, ਦਲਵੀਰ ਸਿੰਘ ਸਨੋਫ ਧਰਮ ਸਿੰਘ ਪੁਲਿਸ ਵੱਲੋਂ ਲਾਪਤਾ, ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਗਾ, ਉਹ ਵੀ ਸਾਡੇ ਨਾਲ ਜੇਲ੍ਹ 'ਚ ਰਹੇ ਸੀ। ਬਾਅਦ 'ਚ ਜੇਲ੍ਹ 'ਚੋਂ ਆਉਣ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੇ ਕਾਬੂ ਕਰਕੇ ਉਹਨਾਂ ਨੂੰ ਲਾਪਤਾ ਕਰ ਦਿੱਤਾ। ਸਵਰਨ ਸਿੰਘ ਸਨੋਫ ਹਜ਼ਾਰਾ ਸਿੰਘ ਕੈਰੋਂ, ਇਹ ਬਜ਼ੁਰਗ 70-75 ਸਾਲ ਦੀ ਇਹਨਾਂ ਦੀ ਉਮਰ ਸੀ, ਇਹਨਾਂ ਨੂੰ ਪੁਲਿਸ ਲੈ ਗਈ ਚੁੱਕੇ, ਅਜੇ ਤੱਕ ਉਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਾ। ਕਾਕਾ ਸੁਖਵਿੰਦਰ ਸਿੰਘ ਸੋਨਿਆਂ ਦੇ ਭਰਾ ਦਾ, ਕਾਕਾ ਜਸਵਿੰਦਰ ਸਿੰਘ ਸਨੋਫ ਸਿਕੱਤਰ ਸਿੰਘ ਉਮਰ 10 ਸਾਲ, ਉਹ ਵੀ ਪੁਲਿਸ ਚੁੱਕ ਕੇ ਲੈ ਗਈ, ਉਹਦਾ ਵੀ ਅਜੇ ਤੱਕ ਬੱਚੇ ਦਾ ਥੋ ਪਤਾ ਨਹੀਂ ਕਿਤੇ ਲੱਗਾ ਵੀ ਕਿੱਥੇ ਉਹਨੂੰ ਸ਼ਹੀਦ ਕੀਤਾ ਵਾ। ਸਿਪਾਹੀ ਡੇਰਾ ਸੋਲ ਆਪਣੇ ਬਾਠੀ ਜਿਹੜੇ ਰਹਿੰਦੇ ਉਹਨਾਂ ਦਾ ਬਾਠੀ ਨਾ ਬੱਠਾਂ ਵਾਲੇ ਜੰਸਾ ਹੁੰਦੇ ਗੁਰਮੀਤ ਸਿੰਘ ਆ ਜੀ, ਉਹਨੂੰ ਵੀ ਪੁਲਿਸ ਨੇ ਸ਼ਹੀਦ ਕੀਤਾ, ਉਹ ਪੁਲਿਸ ਦੀ ਨੌਕਰੀ ਕਰਦਾ ਸੀ। ਜੋ ਕਿ ਸਾਰਾ ਵੇਰਵਾ ਇਸ ਪ੍ਰਕਾਰ ਹੈ, ਜੋ ਆਪਦੇ ਸਾਹਮਣੇ ਸਨਮੁਖ ਹੋ ਕੇ ਸਾਰਾ ਤੁਹਾਨੂੰ ਨਾਵਾਂ ਸਮੇਤ ਸਨੋਫ ਸਮੇਤ ਵੇਰਵਾ ਦਿੱਤਾ ਗਿਆ ਵਾ। ਬਹੁਤ ਬਹੁਤ ਆਪ ਜੀ ਦਾ ਧੰਨਵਾਦ, ਮੈਂ ਫਿਰ ਵੀ ਆਪ ਜੀ ਦੇ ਕੋਲ ਆ ਕੇ ਸਾਰੀ ਜਾਣਕਾਰੀ ਲਵਾਂਗਾ। ਸੋ ਆਪ ਜੀ ਨੇ ਜਿਸ ਤਰ੍ਹਾਂ ਦੇਖਿਆ ਹੈ ਕਿ ਸਾਰੀ ਪੂਰੀ ਦੀ ਪੂਰੀ ਲਿਸਟ ਸਿੰਘ ਸਾਹਿਬ ਉਹਨਾਂ ਨੇ ਆਪ ਜੀ ਦੇ ਨਾਮ ਸਾਹਮਣੇ ਜਿਹੜੀ ਉਹ ਰੱਖੀ ਹੈ, ਸੋ ਕੇਵਲ ਜੇ ਉਂਗਲਾਂ 'ਤੇ ਵੀ ਆਪਾਂ ਗਿਣਨਾ ਚਾਹੀਏ ਤਾਂ ਮੇਰਾ ਖਿਆਲ ਹੈ ਕਿ ਸਾਡੇ ਤੋਂ ਨਾਮ ਗਿਣੇ ਨਹੀਂ ਜਾਣਗੇ, ਸਾਰੇ ਸਿੰਘਾਂ ਦੇ ਨਾਮ ਅਸੀਂ ਯਾਦ ਵੀ ਨਹੀਂ ਰੱਖ ਸਕਾਂਗੇ। ਸੋ ਐਡੀ ਵੱਡੀ ਤਾਦਾਦ ਦੇ ਵਿੱਚ ਇਸ ਇਲਾਕੇ ਤੋਂ ਇਹਨਾਂ ਨਗਰਾਂ ਦੇ ਵਿੱਚੋਂ ਨੌਜਵਾਨਾਂ ਨੂੰ
ਮਿਲਟਰੀ ਵੱਲੋਂ ਫੜਿਆ ਗਿਆ, ਬਾਅਦ ਦੇ ਵਿੱਚ ਪੁਲਿਸ ਨੂੰ ਸੌਂਪ ਦਿੱਤਾ ਗਿਆ, ਤਸ਼ੱਦਦ ਕੀਤਾ ਗਿਆ, ਝੂਠੇ ਮੁਕਾਬਲੇ ਬਣਾਏ ਗਏ। ਸੋ ਜਿਹੜਾ ਪਿੰਡ ਵਾਲਿਆਂ ਦਾ ਮੇਨ ਰੋਸ ਹੈ, ਜਿੱਥੋਂ ਇਹ ਸਾਰੀ ਗੱਲ ਝਲਕਦੀ ਹੈ ਕਿ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੁੱਕਿਆ ਗਿਆ, ਇੱਥੋਂ ਦੇ ਪਤਵੰਤੇ ਸੱਜਣ ਅਜੇ ਵੀ ਮੌਜੂਦ ਨੇ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ 10 ਸਾਲ ਦੇ ਨੌਜਵਾਨ ਦਾ ਆਪ ਜੀ ਨੇ ਜ਼ਿਕਰ ਸੁਣਿਆ ਹੈ ਕਿ ਘਰ ਪਰਿਵਾਰ ਦੇ ਵਿੱਚੋਂ ਮਿਲਟਰੀ ਨੇ ਗ੍ਰਿਫਤਾਰ ਕੀਤਾ, ਅੱਗੇ ਪੁਲਿਸ ਨੂੰ ਸੌਂਪਿਆ ਗਿਆ ਅਤੇ ਅਖਬਾਰਾਂ ਦੀਆਂ ਸੁਰਖੀਆਂ ਇਹ ਬਣੀਆਂ ਕਿ ਜੀ ਅੱਤਵਾਦੀ ਫਲਾਨੀ ਮੋੜ ਦੇ ਉੱਪਰ ਮਾਰਿਆ ਗਿਆ, ਫਲਾਨੀ ਨਹਿਰ ਦੇ ਉੱਪਰ, ਫਲਾਨੇ ਪੁਲ ਦੇ ਉੱਪਰ ਜਿਹੜਾ ਹੈ ਉਹ ਮੁਕਾਬਲਾ ਸ਼ੋਅ ਕੀਤਾ ਗਿਆ। ਸੋ ਜਿੱਥੇ ਸਰਕਾਰਾਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਜੀ ਅਸੀਂ ਅੱਤਵਾਦ ਨੂੰ ਖਤਮ ਕੀਤਾ ਹੈ, ਪਰ ਆਮ ਘਰਾਂ ਦੇ ਵਿੱਚ ਵਸਣ ਵਾਲੇ ਨੌਜਵਾਨ ਜਿਹੜੇ 10-10 ਸਾਲ ਦੀ ਉਮਰ ਦੇ ਵੀ ਛੋਟੇ ਬੱਚੇ ਆਪਾਂ ਕਹਿ ਲਈਏ, ਉਹਨਾਂ ਨੂੰ ਵੀ ਕੇਵਲ ਅਤੇ ਕੇਵਲ ਕੇਸਾਧਾਰੀ ਹੋਣ ਦੇ ਨਾਂ ਦੇ ਉੱਪਰ ਗ੍ਰਿਫਤਾਰ ਕਰਕੇ ਸ਼ਹੀਦ ਕਰ ਦੇਣਾ ਅਤੇ ਇਸ ਗੱਲ ਦਾ ਦਾਅਵਾ ਕਰਨਾ ਕਿ ਜੀ ਅੱਤਵਾਦ ਖਤਮ ਕੀਤਾ ਗਿਆ, ਉਹ ਸਭ ਗੱਲਾਂ ਦੀ ਪੋਲ ਖੋਲ੍ਹਦਾ ਹੈ। ਅਤੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਇਹਨਾਂ 3-4 ਨਗਰਾਂ ਦੀ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ, ਜਲਾਲਾਬਾਦ ਦੀ ਅਤੇ ਇੱਥੋਂ ਦੇ ਲਾਗੇ ਛਾਗੇ ਦੇ ਨਗਰਾਂ ਦੀ, ਐਡੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਿੰਘ ਸ਼ਹੀਦ ਹੋਏ ਹੋਣ, ਬਜ਼ੁਰਗਾਂ ਨੇ ਜੇਲ੍ਹਾਂ ਕੱਟੀਆਂ ਹੋਣ, ਪੰਥ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਹੋਣ ਅਤੇ ਅੱਜ ਵੀ ਸਾਡੇ ਕੋਲ ਮੌਜੂਦ ਹੋਣ, ਪਰ ਸਾਡੀ ਨਜ਼ਰ ਤੋਂ ਲਾਂਭੇ ਹੋਣ, ਕਿਸੇ ਅਖਬਾਰ ਦੀ ਸੁਰਖੀ ਦੇ ਅੰਦਰ, ਕਿਸੇ ਨਿਊਜ਼ ਪੇਪਰ, ਕਿਸੇ ਚੈਨਲ ਦੇ ਉੱਪਰ ਉਹਨਾਂ ਦੀ ਗੱਲ ਨਾ ਹੁੰਦੀ ਹੋਵੇ, ਬਹੁਤ ਨਾਮੋਸ਼ੀ ਦੀ ਗੱਲ ਸਾਡੇ ਵਾਸਤੇ ਇਹ ਹੋ ਜਾਂਦੀ ਹੈ। ਸੋ ਮੈਂ ਸਰਪੰਚ ਸਾਹਿਬ ਕੋਲ ਚੱਲਣਾ ਚਾਹਾਂਗਾ। ਸੋ ਸਰਪੰਚ ਸਾਹਿਬ, ਜਿਸ ਤਰ੍ਹਾਂ ਸਾਰਾ ਵੇਰਵਾ ਆਪ ਜੀ ਦੇ ਪਤਵੰਤੇ ਸੱਜਣਾਂ ਨੇ ਸਾਂਝਾ ਕੀਤਾ ਹੈ, ਸੋ ਇੱਕ ਸਵਾਲ ਜਿਹੜਾ ਉਹ ਮੈਂ ਪਹਿਲਾਂ ਵੀ ਕੀਤਾ ਹੈ ਅਤੇ ਮੈਂ ਤੁਹਾਨੂੰ ਵੀ ਉਹੀ ਕਰਨਾ ਚਾਹਾਂਗਾ ਕਿ ਕੀ ਬਾਕੀ ਇਹ ਲੋਕ ਅੱਤਵਾਦੀ ਸਨ ਸਰਕਾਰ ਦੇ ਖਿਲਾਫ਼, ਜਾਂ ਲੋਕਾਂ ਨੂੰ ਮਾਰਨ ਵਾਲੇ ਖਾੜਕੂ ਸਨ ਜਿਨ੍ਹਾਂ ਨੂੰ ਮਾਰ ਮੁਕਾਇਆ ਗਿਆ, ਜਾਂ ਆਮ ਘਰਾਂ ਦੇ ਵਿੱਚ ਵਸਣ ਵਾਲੇ ਨੌਜਵਾਨ ਸਨ ਜਿਨ੍ਹਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ? ਮੈਂ ਜੀ ਕਸ਼ਮੀਰ ਸਿੰਘ, ਸਾਬਕਾ ਸਰਪੰਚ ਪਿੰਡ ਗਗੜੇਵਾਲ। ਮੈਂ ਜੀ ਬੇਨਤੀ ਕਰਦਾ ਵਾਂ ਵੀ ਇਹ ਜਿੰਨੇ ਬੱਚੇ ਸਾਡੇ ਮਾਰੇ ਆ ਵੀ ਅੱਤਵਾਦੀ ਬਣਾ ਕੇ ਮਾਰੇ ਪੁਲਿਸ ਨੇ, ਕੋਈ ਨਹੀਂ, ਕੋਈ ਕਿਸੇ ਦੀ FIR ਦਰਜ ਨਹੀਂ ਹੋਈ, ਪੁਲਿਸ ਵੀ ਫੜਦੀ ਸੀ ਨਾਲ, ਮਿਲਟਰੀ ਵੀ ਫੜਦੀ ਸੀ, ਮਤਲਬ 12 ਬੰਦੇ ਮੇਰੇ ਗਗੜੇਵਾਲ ਦੇ 2 ਸਾਲਾਂ ਦੇ ਵਿੱਚ ਇਹਨਾਂ ਨੇ ਸਾਰੇ ਸ਼ਹੀਦ ਕੀਤੇ ਫੜ ਕੇ, ਜਿਹੜੇ ਆਪਣੀਆਂ ਕਮਾਈਆਂ ਕਰਦੇ ਸੀ, ਆਪਣੀਆਂ ਜ਼ਮੀਨਾਂ ਵਾਹੁੰਦੇ ਸੀ, ਆਪਣੇ ਕਾਰੋਬਾਰ ਕਰਦੇ ਸੀਗੇ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਵਾ, ਪਿਕਲਵਿੰਦਰ ਸਿੰਘ ਲਾਡੀ ਉਰਫ ਗੁਰਭੇਜ ਸਿੰਘ, ਅਜੀਤ ਸਿੰਘ ਪੁੱਤਰ ਪੂਰਨ ਸਿੰਘ, ਹਰਪਾਲ ਸਿੰਘ ਪੁੱਤਰ ਚਾਂਜਲ ਸਿੰਘ, ਸੁਖਰਾਜ ਸਿੰਘ ਪੁੱਤਰ ਦਾਰਾ ਸਿੰਘ, ਗੁਰਪਾਲ ਸਿੰਘ ਪੁੱਤਰ ਬੇਲਾ ਸਿੰਘ, ਗੁਰਭੇਜ ਸਿੰਘ ਪੁੱਤਰ ਮੁਖਤਾਰ ਸਿੰਘ, ਸਾਹਿਬ ਸਿੰਘ ਪੁੱਤਰ ਦਾਰਾ ਸਿੰਘ, ਬਲਦੇਵ ਸਿੰਘ ਦੇਬਾ ਪੁੱਤਰ ਭਜਨ ਸਿੰਘ, ਅਤੇ ਮਨਜਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ, ਅਮਰਜੀਤ ਸਿੰਘ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ, ਅਤੇ ਸਾਡੇ ਪਿਤਾ ਜੀ ਸਰਦਾਰ ਸਰਦੂਲ ਸਿੰਘ, ਜਿਹੜੇ ਕਿ ਇਹ ਆਪਣਾ ਵਪਾਰ ਦਾ ਕੰਮ ਕਰਦੇ ਸੀ, ਅਤੇ ਅਜੇ ਪੁਲਿਸ ਵਾਲਿਆਂ ਦੇ ਨਾਲ ਵੀ ਮਤਲਬ ਵੀ ਗੱਲਬਾਤ ਚਲੋ ਕਰਦੇ ਰਹਿੰਦੇ ਸੀ, ਮਿਲਦੇ ਗਲਦੇ ਰਹਿੰਦੇ ਸੀ, ਪਰ ਇਹਨਾਂ ਨੇ ਕਿਸੇ ਨੇ ਕਿ ਇੱਕ ਨਹੀਂ ਸਾਡੀ ਸੁਣੀ ਪਿੰਡ ਦੇ ਇਹਨਾਂ ਦੀ, ਵੀ ਸਾਰੇ ਹੀ ਪਿੰਡ ਵਾਲੇ ਪੰਚਾਇਤਾਂ ਲੈ ਕੇ ਮਗਰ ਜਾਂਦੇ ਰਹੇ, ਪਰ ਸਾਡਾ ਇੱਕ ਸਿੰਘ ਇਹਨਾਂ 12 ਚੋਂ ਇਹਨਾਂ ਨੇ ਗਾ ਛੱਡਿਆ, ਸਾਰੇ ਸ਼ਹੀਦ ਕਰਕੇ ਛੱਡੇ ਆ। ਅਤੇ ਸਰਪੰਚ ਸਾਹਿਬ, ਜਿੱਥੇ ਇਹ ਗੱਲ ਕੀਤੀ ਜਾਂਦੀ ਹੈ ਕਿ ਜੀ ਚਲੋ ਨਾਜਾਇਜ਼ ਸਿੰਘਾਂ ਨੂੰ ਫੜਿਆ ਗਿਆ, ਬਾਅਦ ਦੇ ਵਿੱਚ ਕਈ ਕੇਸ ਖੁੱਲ੍ਹੇ ਵੀ ਨੇ, ਸੋ ਅੱਜ ਤੱਕ ਤੁਹਾਡੇ ਇਹਨਾਂ ਸਿੰਘਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਕੇਸ ਖੁੱਲ੍ਹਿਆ ਹੋਵੇ, ਜਾਂ ਸਰਕਾਰ ਵੱਲੋਂ ਕਿਸੇ ਨੂੰ ਕੋਈ ਮਦਦ ਦਿੱਤੀ ਗਈ ਹੋਵੇ, ਜਾਂ ਕਿਸੇ ਨੇ ਆ ਕੇ ਹੰਝੂ ਹੀ ਪੂੰਝੇ ਹੋਣ ਕਿ ਤੁਹਾਡੇ ਨਾਲ ਧੱਕਾ ਹੋਇਆ ਹੈ, ਕੋਈ ਐਸੀ ਗੱਲਬਾਤ ਅੱਜ ਤੱਕ ਹੋਈ ਹੈ? ਨਹੀਂ ਜੀ, ਸਾਡੇ ਨਾਲ ਕੋਈ ਗੱਲ ਨਹੀਂ ਜੀ ਹੋਈ, ਨਾ ਕੋਈ ਆਇਆ ਸਾਡੇ ਕੋਲ, ਅਤੇ ਨਾ ਕਿਸੇ ਨੇ ਸਾਡੀ ਸੁਣਵਾਈ ਕੀਤੀ ਆ, ਅਸੀਂ ਆਪਣੇ ਧੱਕੇ ਧੋੜੇ ਬਥੇਰੇ ਖਾਧੇ ਆ ਕਚਹਿਰੀਆਂ 'ਚ, ਪਰ ਸਿੱਧੇ ਸਾਡੀ ਸੁਣਵਾਈ ਨਹੀਂ ਹੋਈ। ਮੈਂ ਇਸੇ ਕਰਕੇ ਪੁੱਛਣਾ ਚਾਹ ਰਿਹਾ ਸੀ ਕਿ ਤੁਸੀਂ ਆਪ ਵੀ ਸਰਪੰਚ ਰਹੇ ਹੋ, ਸੋ ਸਰਕਾਰੀ ਮਹਿਕਮਾ ਕਿਵੇਂ ਚੱਲਦਾ ਹੈ, ਕਿਵੇਂ ਸਾਰੇ ਕੰਮ ਚੱਲਦੇ ਨੇ ਤੁਹਾਨੂੰ ਬਾਖੂਬੀ ਪਤਾ ਹੋਵੇਗਾ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਕਦੇ ਨਾਂ ਵੀ ਨਹੀਂ ਲਿਆ ਗਿਆ, ਚਾਹੇ ਉਹ ਧਾਰਮਿਕ ਜਥੇਬੰਦੀਆਂ ਹੋਣ ਭਾਵੇਂ ਸਰਕਾਰਾਂ ਹੋਣ, ਸੋ ਕੀ ਕਹਿਣਾ ਚਾਹੋਗੇ ਇਸ ਵਕਤ ਜਦੋਂ ਆਪਾਂ ਉਹਨਾਂ ਸ਼ਹੀਦਾਂ ਦਾ ਨਾਂ ਲੈਂਦੇ ਹਾਂ, ਉਹਨਾਂ ਦੀ ਗੱਲ ਕਰਦੇ ਹਾਂ, ਤਾਂ ਮਨ ਦੇ ਵਿੱਚ ਪਹਿਲਾ ਵਿਚਾਰ ਕੀ ਆਉਂਦਾ? ਵਿਚਾਰ ਤਾਂ ਵੇਖੋ ਜੀ ਆਉਂਦਾ ਹੀ ਆ ਵੀ ਠੀਕ ਵਾ, ਜਦੋਂ ਜੋ ਵੀ ਹੋਇਆ ਮਾੜਾ ਹੋਇਆ ਵਾ,
ਪਰ ਇਹ ਚਾਹੀਦਾ ਨਹੀਂ ਕੰਮ ਹੋਣਾ, ਪਰ ਆਪਣਾ ਉੱਤੇ ਹਾਈ ਕਮਾਂਡ ਨੂੰ ਜਿਹੜੇ ਜਥੇਬੰਦੀਆਂ ਸਾਰਿਆਂ ਨੂੰ ਪਤਾ ਲੈਣਾ ਚਾਹੀਦਾ ਸੀ, ਹਰ ਇੱਕ ਦਾ ਦੁੱਖ ਤਕਲੀਫ ਦੇ ਵਿੱਚ ਭਾਈਵਾਲ ਬਣਨਾ ਚਾਹੀਦਾ ਸੀ, ਪਰ ਕੋਈ ਨਹੀਂ ਭਾਈਵਾਲ ਬਣਿਆ। ਅਤੇ ਜਿਸ ਤਰ੍ਹਾਂ ਆਪ ਜੀ ਨੇ ਵੀ ਅਤੇ ਆਪ ਜੀ ਤੋਂ ਪਹਿਲਾਂ ਸਤਿਕਾਰਯੋਗ ਸਿੰਘ ਸਾਹਿਬ ਨੇ ਸਾਰੀਆਂ ਲਿਸਟਾਂ ਤੁਹਾਨੂੰ ਦੱਸੀਆਂ ਨੇ, ਨਾਮ ਦੱਸੇ ਨੇ, ਸੋ ਅੱਜ ਤੱਕ ਕਦੇ ਕੋਈ ਐਸੀ ਸੱਜਣ ਕੋਈ ਸੰਸਥਾ ਆਈ ਹੋਵੇ ਜਿਨ੍ਹਾਂ ਨੇ ਤੁਹਾਡੇ ਤੋਂ ਇਹ ਰਿਕਾਰਡ ਲਿਆ ਹੋਵੇ ਜਾਂ ਤੁਹਾਡੇ ਤੋਂ ਇਹ ਨਾਮ ਲਏ ਹੋਣ ਤਾਂ ਜੋ ਇਹਨਾਂ ਨੂੰ ਸੰਭਾਲ ਕੇ ਰੱਖਿਆ ਜਾ ਸਕੇ, ਆਉਣ ਵਾਲੇ ਕੋਈ ਸਾਡੇ ਵਰਗੇ ਜਾਂ ਸਾਡੇ ਤੋਂ ਅੱਗੇ ਜਨਰੇਸ਼ਨ ਆਵੇਗੀ ਤਾਂ ਘੱਟ ਤੋਂ ਘੱਟ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਸਿੰਘ ਨਾਜਾਇਜ਼ ਰੂਪ ਦੇ ਵਿੱਚ ਫੜ ਕੇ ਸ਼ਹੀਦ ਕੀਤੇ ਗਏ ਨੇ, ਐਸਾ ਕੋਈ ਵੇਰਵਾ ਇਕੱਤਰ ਕਰਨ ਵਾਸਤੇ ਕਦੇ ਕੋਈ ਪਹੁੰਚਿਆ ਆਪ ਜੀ ਦੇ ਕੋਲ? ਸਾਡਾ ਇਹ ਰਿਕਾਰਡ ਜਿਹੜਾ ਜਸਵੰਤ ਸਿੰਘ ਜੀ ਖਾਲੜਾ ਕਮਿਸ਼ਨ ਵਾਲਿਆਂ ਨੇ ਰਿਕਾਰਡ ਮੁੱਦਾ ਚੁੱਕਿਆ ਥੋੜ੍ਹਾ ਜਿਹਾ, ਉਹਨਾਂ ਰਿਕਾਰਡ ਸਾਡੇ ਕੋਲ ਲਿਆ, ਪਰ ਉਹਨਾਂ ਦੀ ਵੀ ਮਤਲਬ ਵੀ ਡੈਥ ਕਰਤੀ ਆ, ਪੰਜਾਬ ਸਰਕਾਰ ਨੇ ਉਹਨਾਂ ਨੂੰ ਵੀ ਸ਼ਹੀਦੀ ਕਰਾਰ ਦੇ ਦਿੱਤਾ, ਉਹਨਾਂ ਨੂੰ ਮਾਰਤਾ ਜੀ, ਪਰ ਮੁੜ ਕੇ ਸਾਡੇ ਕੋਈ ਨਹੀਂ। ਉੱਦਾਂ ਦੋ ਚੌਂ ਪਾਰਟੀਆਂ ਸਾਡੇ ਕੋਲ ਆਈਆਂ ਵਾਂ, ਪਰੂਫ ਸਾਡੇ ਕੋਲ ਲੈ ਕੇ ਗਏ, ਪਰ ਕੁਛ ਨੇ ਸੁਣਵਾਈ ਨਹੀਂ ਹੋਈ ਮੁੜ ਕੇ ਜੀ। ਸੋ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੇ ਦੇਖਿਆ ਹੈ ਕਿ ਬਹੁਤ ਲੰਮਾ ਸਮਾਂ ਹੋ ਚੁੱਕਾ ਹੈ, ਬਹੁਤ ਸਾਰੇ ਸਿੰਘ ਜਿਹੜੇ ਨੇ ਪੁਲਿਸ ਦੇ ਤਸ਼ੱਦਦ ਦੇ ਨਾਲ ਸ਼ਹੀਦ ਹੋ ਚੁੱਕੇ ਨੇ, ਅਤੇ ਬਾਅਦ ਦੇ ਵਿੱਚ ਉਮਰਾਂ ਦੇ ਕਰਕੇ ਸਿਆਣੇ ਬਜ਼ੁਰਗ ਜਿਹੜੇ ਉਸ ਸਮੇਂ ਦੇ ਹਾਜ਼ਰ ਸਨ ਉਹ ਵੀ ਸਤਿਗੁਰੂ ਜੀ ਦੇ ਸੱਦੇ ਅਨੁਸਾਰ ਸੰਸਾਰ ਤੋਂ ਜਾ ਚੁੱਕੇ ਨੇ, ਪਰ ਅੱਜ ਵੀ ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ, ਮੈਂ ਚਾਹਾਂਗਾ ਕਿ ਆਪ ਜੀ ਨੂੰ ਇੱਕ ਵਾਰ ਫਿਰ ਦਰਸ਼ਨ ਕਰਵਾ ਦੇਵਾਂ। ਬਹੁਤ ਸਾਰੇ ਸਿੰਘ ਇੱਥੇ ਹਾਜ਼ਰ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ, ਜਿਨ੍ਹਾਂ ਦੇ ਸਿੰਘ ਸ਼ਹੀਦ ਹੋਏ ਨੇ, ਅਤੇ ਜਿਨ੍ਹਾਂ ਨੇ ਇਹ ਸਾਰਾ ਸਭ ਕੁਝ ਆਪਣੇ ਅੱਖੀਂ ਦੇਖਿਆ ਹੈ, ਅਤੇ ਮੈਂ ਇਸ ਵਕਤ ਬੇਨਤੀ ਕਰਾਂਗਾ ਬਾਬਾ ਜੀ ਨੂੰ, ਬਾਬਾ ਜੀ ਆਪ ਜੀ ਖੁਦ ਹੀ ਜਿਹੜਾ ਹੈ ਸਾਰੇ ਸਿੰਘਾਂ ਦੇ ਨਾਲ ਤਾਰਫ ਵੀ ਕਰਾਓ, ਅਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਨਾਲ ਵੀ ਆਪ ਜੀ ਜ਼ਰੂਰ ਥੋੜ੍ਹੀ ਥੋੜ੍ਹੀ ਜਾਣਕਾਰੀ ਸਾਂਝੀ ਕਰਾਓ, ਅਤੇ ਅੱਜ ਉਹ ਪਰਿਵਾਰ ਕੀ ਮਹਿਸੂਸ ਕਰਦੇ ਨੇ, ਅਤੇ ਅੱਜ ਦੇ ਸਮੇਂ ਦੇ ਵਿੱਚ ਉਸ ਸਮੇਂ ਦੇ ਸੰਘਰਸ਼ ਨੂੰ ਕਿਸ ਨਜ਼ਰ ਨਾਲ ਦੇਖਦੇ ਨੇ, ਇਹ ਜ਼ਰੂਰ ਸਾਡੇ ਨਾਲ ਸਾਂਝਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਸੁਖਦੇਵ ਸਿੰਘ ਜੀ, ਇਹਨਾਂ ਨੇ ਜੇਲ੍ਹ ਵੀ ਕੱਟੀ, ਤਸ਼ੱਦਦ ਵੀ ਚੱਲਿਆ ਜਦੋਂ 1984 ਵਿੱਚ ਮਿਲਟਰੀ ਦਾ, ਅੱਜ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਹਨ, ਪਰ ਅੱਜ ਤੱਕ ਕਿਸੇ ਵੀ ਜਥੇਬੰਦੀ ਨੇ ਜਾਂ ਕਿਸੇ ਨੁਮਾਇੰਦੇ ਨੇ ਇਹਨਾਂ ਦੇ ਨਾਲ ਆ ਕੇ ਹਮਦਰਦੀ ਨਹੀਂ ਕੀਤੀ। ਇਹ ਸਾਡੇ ਚਰਨਜੀਤ ਸਿੰਘ ਜੀ ਸਾਬਕਾ ਸਰਪੰਚ ਵੀ ਰਹੇ ਆ, ਇਹਨਾਂ ਦੇ ਪਿਤਾ ਜੀ ਸਰਦਾਰ ਦਲਵੀਰ ਸਿੰਘ ਜੀ ਜੋਧਪੁਰ ਜੇਲ੍ਹ ਵੀ ਕੱਟੀ, ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਨਾਲ ਵੀ ਰਹੇ, ਉੱਥੇ ਸਾਰੇ ਬਲੂ ਸਟਾਰ ਆਪਣੇ ਪਿੰਡੇ 'ਤੇ ਹੰਡਾਇਆ, ਤਸ਼ੱਦਦ ਵੀ ਹੰਡਾਇਆ, ਜਦਕਿ ਅੱਜ ਉਹਨਾਂ ਦੀ ਬੇਸ਼ੱਕ ਉਹ ਸਰੀਰ ਤੌਰ 'ਤੇ ਨਹੀਂ ਹਨ, ਇਹ ਵੀ ਪਰਿਵਾਰ ਚੜ੍ਹਦੀ ਕਲਾ 'ਚ, ਪਰ ਪਰਿਵਾਰ ਦੀ ਆ ਕੇ ਕਿਸੇ ਨੇ ਅੱਜ ਤੱਕ ਸਾਰ ਨਹੀਂ ਲਈ, ਇਹ ਵੀ ਪਰਿਵਾਰ ਐਸੇ ਹਨ। ਇਹ ਸਾਡੇ ਸਰਦਾਰ ਹਰਭਜਨ ਸਿੰਘ ਜੀ, ਜਿਨ੍ਹਾਂ ਦੇ ਛੋਟਾ ਭਰਾਤਾ ਭਾਈ ਰਾਜ ਸਿੰਘ ਜੀ ਉਹ ਸ਼ਹੀਦ ਹੋਏ, ਜਿਨ੍ਹਾਂ ਨੇ ਕਿ 1984 ਵਿੱਚ ਬਲੂ ਸਟਾਰ ਦੇ ਵਿੱਚ ਉੱਥੇ ਸ਼ਹੀਦੀ ਪਾਈ, ਇਹਨਾਂ ਦੇ ਪਰਿਵਾਰ ਵੀ ਚੜ੍ਹਦੀ ਕਲਾ ਵਿੱਚ ਹਨ, ਪਰ ਕਿਸੇ ਪਰਿਵਾਰ ਨੇ ਆਣ ਕੇ ਕਿਸੇ ਨੇ ਹਾਦਾ ਨਾਰਾ ਵੀ ਮਾਰਿਆ, ਅੱਜ ਆਵਾਜ਼ੇ ਕੌਮ ਰਾਹੀਂ ਜਿਹੜਾ ਕਿ ਇਹਨਾਂ ਨੂੰ ਅਸੀਂ ਇਹ ਉਹਨਾਂ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦੇ ਰਹੇ ਹਾਂ, ਅਤੇ ਇਹਨਾਂ ਦੇ ਵੀ ਸਮਝ ਲਓ ਵੀ ਇੱਕ ਹਿਸਾਬ ਦੀ ਬਾਂਹ ਫੜ ਰਹੇ ਹਨ। ਇਹ ਸਰਦਾਰ ਸਵਰਨ ਸਿੰਘ ਜੀ ਇਹਨਾਂ ਦੇ ਸਪੁੱਤਰ, ਉਹਨਾਂ ਨੇ ਵੀ ਜੇਲ੍ਹਾਂ ਕੱਟੀਆਂ, ਤਸ਼ੱਦਦ ਝੱਲਿਆ। ਇਹ ਸਾਡੇ ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ, ਇਹਨਾਂ ਦੇ ਵੀ ਤਸ਼ੱਦਦ ਉਸ ਵੇਲੇ 1984 'ਚ ਬਹੁਤ ਹੋਇਆ, ਜਦਕਿ ਅੱਜ ਵੀ ਚੜ੍ਹਦੀ ਕਲਾ ਵਿੱਚ ਹਨ, ਗੁਰੂ ਮਹਾਰਾਜ ਦੀ ਕਿਰਪਾ ਹੈ। ਇਹ ਪੰਜਾਬ ਸਿੰਘ, ਇਹਨਾਂ ਇਹਦਾ ਪਿਤਾ ਅਤੇ ਇੱਕ ਭਰਾ, ਦੋ ਨਜਾਇਜ਼ ਤੌਰ 'ਤੇ ਚੁੱਕ ਕੇ ਪੁਲਿਸ ਨੇ ਸ਼ਹੀਦ ਕੀਤੇ, ਜਦਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਘਰ ਆਪਣੀ ਖੇਤੀਬਾੜੀ ਕਰਦੇ ਸੀ, ਆਪਣੇ ਪਰਿਵਾਰ ਨੂੰ ਪਾਲਦੇ ਸੀ, ਉਹਨਾਂ ਨੂੰ ਇੱਥੋਂ ਤੱਕ ਵੀ ਤਸ਼ੱਦਦ ਕਰ ਕਰਕੇ ਦੋਨਾਂ ਪਿਓ ਪੁੱਤਾਂ ਨੂੰ ਸ਼ਹੀਦ ਕੀਤਾ। ਅੱਜ ਇਹ ਪਰਿਵਾਰ ਵੀ ਜਿਹੜਾ ਹੈ ਆਪਣੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਨਾਲ ਹੀ ਇਹ ਸਰਦਾਰ ਸੁਖਵਿੰਦਰ ਸਿੰਘ ਜੀ, ਇਸ 1984 ਵਿੱਚ ਇਹ ਨਾਲ ਸੀ, ਪਰ ਇਹਨਾਂ ਨੂੰ ਫੌਜ ਨੇ ਕਿਸੇ ਤਰੀਕੇ ਨਾਲ ਛੱਡ ਦਿੱਤਾ, ਤਸ਼ੱਦਦ ਇਹਨਾਂ ਨੇ ਉਦੋਂ ਨਾਲ ਝੱਲਿਆ, ਸਾਰਾ ਪਿੰਡੇ 'ਤੇ ਹੰਡਾਇਆ। ਸਰਦਾਰ ਮੁਖਤਾਰ ਸਿੰਘ ਜੀ, ਇਹਨਾਂ ਦੇ ਪਿਤਾ ਜੀ ਜਹੇਦਾਰ ਗੁਰਮੇਜ ਸਿੰਘ ਜੀ, ਉਹਨਾਂ ਨੇ ਵੀ ਸਾਰਾ ਤਸ਼ੱਦਦ ਆਪਣੇ ਪਿੰਡੇ 'ਤੇ ਹੰਡਾਇਆ। 1984 ਵਿੱਚ
ਜਿਹੜਾ ਬਲੂ ਸਟਾਰ ਦੇ ਵਿੱਚ ਪੂਰਾ ਜਿਹੜਾ ਉਹ ਪਿੰਡੇ 'ਤੇ ਹੰਢਾ ਕੇ 5 ਸਾਲ ਜੋਧਪੁਰ ਜੇਲ੍ਹ ਵੀ ਕੱਟੀ, ਜਦਕਿ ਸਰੀਰਕ ਤੌਰ 'ਤੇ ਸਾਡੇ ਨਾਲ ਨਹੀਂ, ਉਹਨਾਂ ਦੇ ਸਪੁੱਤਰ ਹਨ, ਚੜ੍ਹਦੀ ਕਲਾ ਵਿੱਚ ਹਨ, ਸੇਵਾ ਕਰਦੇ ਹਨ, ਪਰ ਪਰਿਵਾਰ ਨੂੰ ਆ ਕੇ ਜੇ ਕਿਸੇ ਨੇ ਇਹਨਾਂ ਦੀ ਜਿਹੜੇ ਹਾਰ ਦਾ ਨਾਰ ਨਹੀਂ ਮਾਰਿਆ। ਇਹ ਸਰਦਾਰ ਖਜਾਨ ਸਿੰਘ ਜੀ, ਇਹਨਾਂ ਦੇ ਭਰਾਤਾ ਸਰਦਾਰ ਗੁਰਨਾਮ ਸਿੰਘ ਜੀ, ਉਹਨਾਂ ਨੇ ਵੀ ਸ਼ਹੀਦੀ ਪਾਈ, ਚੜ੍ਹਦੀ ਕਲਾ ਵਿੱਚ ਸੰਤਾਂ ਦੇ ਨਾਲ ਉੱਥੇ ਰਹਿ ਕੇ ਸ਼ਹੀਦੀਆਂ ਪਾਈਆਂ। ਇਹ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਸਰਦਾਰ ਕਸ਼ਮੀਰ ਸਿੰਘ ਜੀ, ਇਹਨਾਂ ਦੇ ਪਿਤਾ ਜੀ ਸਰਦਾਰ ਸਰਦੂਰ ਸਿੰਘ ਜੀ ਇੱਕ ਸਮਾਜ ਸੇਵੀ ਵੀ ਸੀ। ਉਹ ਸਮਾਜ ਦੀ ਬੜੀ ਸੇਵਾ ਕਰਦੇ, ਜਿੱਥੇ ਵਪਾਰ ਦੇ ਨਾਲ ਜੁੜੇ ਸਨ, ਸਮਾਜ ਦੇ ਵਿੱਚ ਨਾਲ ਵੀ ਜੁੜੇ ਸਨ, ਪਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਪੁਲਿਸ ਨੇ ਸਾਰੀ ਰਾਤ ਸਦਰ ਕਰ ਕਰਕੇ ਇੰਟੈਰੋਗੇਟ ਕਰਕੇ ਇਹੋ ਜਿਹੀ 3rd degree ਵਰਤੀ ਕਿ ਰਾਤ ਨੂੰ ਪੁੱਠੇ ਟੰਗ ਟੰਗ ਕੇ ਉਹਨਾਂ ਨੂੰ ਸ਼ਹੀਦ ਕੀਤਾ। ਸਵੇਰ ਤੱਕ ਉਹਨਾਂ ਦਾ ਸਰੀਰ ਨਹੀਂ ਮਿਲਿਆ, ਸਰੀਰ ਵੀ ਨਹੀਂ ਮਿਲਿਆ, ਉਹ ਵੀ ਤਰਸਦੇ ਰਹੇ, ਇੱਥੋਂ ਤੱਕ ਵੇਖ ਲਓ ਬਿਲਕੁਲ ਬੇਕਸੂਰ। ਅਤੇ ਪਰਿਵਾਰ, ਬਾਕੀ ਪਰਿਵਾਰਾਂ ਦਾ ਵੇਰਵਾ ਤੁਹਾਨੂੰ ਦੇ ਦਿੱਤਾ। ਇਹ ਸਾਡੇ ਜਹਿਦਾ ਬਲਬੀਰ ਸਿੰਘ ਜੀ, ਇਹਨਾਂ ਦੇ ਭਰਾਤਾ ਵੀ ਜੋਧਪੁਰ ਜੇਲ੍ਹ 'ਚ ਰਹੇ, ਇਹ ਖੁਦ ਵੀ ਇਹਨਾਂ ਨੇ ਤਸ਼ੱਦਦ ਝੱਲਿਆ, ਜੇਲ੍ਹਾਂ ਕੱਟੀਆਂ, ਬੜਾ ਲੰਮਾ ਸਮਾਂ ਇਹ ਜੇਲ੍ਹ ਦੇ ਵਿੱਚ ਵੀ ਰਹੇ ਅਤੇ ਤਸ਼ੱਦਦ ਵੀ ਪਿੰਡੇ 'ਤੇ ਹੰਢਾਇਆ। ਇਹਨਾਂ ਦੇ ਸਾਰੇ ਪਰਿਵਾਰ ਨੇ ਬੜਾ ਤਸ਼ੱਦਦ ਹੰਢਾਇਆ। ਇਹ ਸਾਡੇ ਪੰਡਿਤ ਜੀ ਪਰਿਵਾਰ ਤੋਂ ਵਿੱਚੋਂ ਹੈ, ਜਿਨ੍ਹਾਂ ਦੇ ਬਾਰੇ ਆਪ ਜੀ ਨੇ ਪਹਿਲਾਂ ਵੀ ਦੱਸਿਆ ਕਿ ਇੱਕ ਉਹਨਾਂ ਦੀ ਧਾਰਨਾ ਕਹੀ ਜਾਂਦੀ ਵੀ ਸੰਤ ਅੱਤਵਾਦੀ ਸਨ, ਅੱਤਵਾਦੀਆਂ ਨੂੰ ਪਨਾਹ ਦਿੰਦੇ ਸੀ। ਇਹ ਪਰਿਵਾਰ ਪੰਡਿਤਾਂ ਦੇ ਨਾਲ ਪਰਿਵਾਰ ਨਾਲ ਸੰਬੰਧਿਤ ਆ, ਜਿਨ੍ਹਾਂ ਦਾ ਵੇਰਵਾ ਮੈਂ ਪਹਿਲਾਂ ਵੀ ਦੱਸਿਆ ਸੀ, ਇਹ ਭਾਈ ਹਰਦੇਵ ਸਿੰਘ ਜੀ, ਜਿਨ੍ਹਾਂ ਦਾ ਨਾਮ ਵੀ ਸੰਤਾਂ ਨੇ ਰੱਖਿਆ, ਅੰਮ੍ਰਿਤ ਵੀ ਛਕਿਆ ਅਤੇ ਸ਼ਹੀਦੀ ਵੀ ਅਕਾਲ ਤਖਤ ਸਾਹਿਬ ਉਹਨਾਂ ਨੇ ਪਾਈ। ਇੱਥੋਂ ਤੱਕ ਕਿ ਇਹਨਾਂ ਦੇ ਪਰਿਵਾਰ ਨਗਰ ਦੇ ਵਿੱਚ ਰਹਿੰਦੇ ਹਨ ਸ਼ੁਰੂ ਤੋਂ ਹੀ, ਅੱਜ ਤੱਕ ਕਿਸੇ ਨੇ ਇਹਨਾਂ ਨੂੰ ਇਹ ਨਹੀਂ ਕਿਹਾ ਵੀ ਇਹ ਪੰਡਿਤਾਂ ਦਾ ਪਰਿਵਾਰ ਹੈ, ਇਹਨਾਂ ਨੂੰ ਆਪਣਾ ਪਰਿਵਾਰ ਸਮਝ ਕੇ ਇਹ ਇਹਨਾਂ ਦੇ ਨਾਲ ਸਾਰਾ ਵਿਹਾਰ ਵਰਤਦੇ ਵੀ ਆ। ਇਹ ਇੱਕ ਵੱਡੀ ਮਿਸਾਲ ਹੈ ਜਿਹੜੀ ਕਿ ਕਹਿੰਦੇ ਸੀ ਸੰਤ ਹਿੰਦੂਆਂ ਦੇ ਵਿਰੋਧੀ ਆ, ਉਹ ਕਿਸੇ ਦੇ ਵਿਰੋਧੀ ਨਹੀਂ ਸੀ। ਸੋ ਇਸੇ ਤਰ੍ਹਾਂ ਹੀ ਸਾਡੇ ਸਤਿਕਾਰਯੋਗ ਇਹ ਸਰਦਾਰ ਸੁਲੱਖਣ ਸਿੰਘ ਜੀ, ਇਹਨਾਂ ਦੇ ਲੜਕੇ 1984 ਵਿੱਚ ਆਰਮੀ ਨੇ ਜਿਹੜਾ ਸੀ ਉਹਨਾਂ ਨੇ ਗੋਲੀ ਮਾਰ ਕੇ ਉਹਨੂੰ ਮਾਰਿਆ, ਜਿਹੜੇ ਕਿ ਬਿਲਕੁਲ ਨਜਾਇਜ਼ ਇੱਕ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨ ਵਾਲੇ ਬੰਦੇ ਸਨ, ਕਿਸੇ ਦੇ ਨਾਲ ਕੋਈ ਵੀ ਇਹਨਾਂ ਦਾ ਸੰਬੰਧ ਨਹੀਂ ਸੀ, ਪਰ ਫਿਰ ਵੀ ਇਹਨਾਂ ਦੇ ਬੱਚੇ ਨੂੰ ਨਜਾਇਜ਼ ਤੌਰ 'ਤੇ ਮਾਰ ਕੇ ਸ਼ਹੀਦ ਕੀਤਾ। ਅੱਜ ਪਰਿਵਾਰ ਦਾ ਸਹਾਰਾ ਕੋਈ ਨਹੀਂ ਇਹਨਾਂ ਦੇ ਵਿੱਚ, ਉਹ ਬੱਚਾ ਸੀ, ਕੋਈ ਪਰਿਵਾਰ ਦਾ ਸਹਾਰਾ ਨਹੀਂ। ਇਹ ਸਾਡੇ ਸਰਦਾਰ ਨਿਰਮਲ ਸਿੰਘ ਜੀ, ਇਹ ਫੌਜ 'ਚੋਂ ਰਿਟਾਇਰ ਹੋ ਕੇ ਆਏ ਸਨ ਅਤੇ ਇਹਨਾਂ ਦੇ ਉੱਤੇ ਵੀ ਇੰਨਾ ਤਸ਼ੱਦਦ, ਜਦਕਿ ਇੱਕ ਫੌਜ ਦੇ ਵਿੱਚ ਇਹਨਾਂ ਨੇ ਬਤੌਰ ਨੌਕਰੀ ਵੀ ਕੀਤੀ, ਪਰ ਉਹਦੇ ਬਾਵਜੂਦ ਵੀ ਇੰਨਾ ਤਸ਼ੱਦਦ ਇਹਨਾਂ ਦੇ ਉੱਤੇ ਪਿੰਡੇ 'ਤੇ ਹਟਾਇਆ, ਇਹਨਾਂ ਨੇ ਜੇਲ੍ਹ ਵੀ ਕੱਟੀ, ਬੜਾ ਇਹਨਾਂ ਨੇ ਅੱਜ ਵੀ ਚਲੋ ਚੜ੍ਹਦੀ ਕਲਾ ਨਾਲ ਇਹ ਜੀਵਨ ਬਤੀਤ ਕਰ ਰਹੇ ਹਨ। ਇਹ ਇਸੇ ਤਰ੍ਹਾਂ ਹੀ ਇਹ ਪਰਿਵਾਰ ਹੈ, ਸਰਦਾਰ ਚੁੰਨੀ ਲਾਟ ਜੀ, ਉਹਨਾਂ ਦੇ ਇਹ ਲੜਕੇ ਹਨ, ਇਹਨਾਂ ਦਾ ਭਰਾਤਾ ਜਿਹੜਾ ਸੀ ਉਹਨੂੰ ਵੀ ਨਜਾਇਜ਼ ਪੁਲਿਸ ਨੇ ਚੁੱਕ ਕੇ ਸ਼ਹੀਦ ਕੀਤਾ, ਉਹ ਵੀ ਇਹ ਪਰਿਵਾਰ ਅੱਜ ਦਸਾਂ ਨੌਵਾਂ ਦੀ ਕਿਰਤ ਕਮਾਈ ਕਰ ਰਿਹਾ। ਸੋ ਇਹ ਪਰਿਵਾਰ ਇਹ ਗਗੜੇਵਾਲ ਤੋਂ ਸਰਦਾਰ ਦਾਰਾ ਸਿੰਘ ਜੀ, ਇਹਨਾਂ ਦੇ 3 ਭਰਾ ਇਕੱਠੇ ਨਜਾਇਜ਼ ਤੌਰ 'ਤੇ, ਕੋਈ ਕਿਸੇ ਨਾਲ ਕੋਈ ਸੰਬੰਧ ਨਹੀਂ ਸੀ, ਚੁੱਕ ਕੇ ਪੁਲਿਸ ਨੇ ਸ਼ਹੀਦ ਕਰਤੇ। ਨੌਜਵਾਨ, ਪੂਰੇ ਨੌਜਵਾਨ ਸਨ। ਅੱਜ ਪਰਿਵਾਰ, ਚਲੋ ਤੁਹਾਡੇ ਥਰੂ ਆਵਾਜ਼ੇ ਕੌਮ ਰਾਹੀਂ ਇਹਨਾਂ ਦਾ ਸਰੀਰ ਵੀ ਅੱਜ ਤੱਕ ਕਿਸੇ ਦਾ ਨਹੀਂ ਸਰੀਰ ਇਹਨਾਂ 'ਚੋਂ ਮਿਲੇ, ਸਰੀਰ ਤਾਂ ਸਾਰਿਆਂ ਦੇ ਇਹਨਾਂ ਨੇ ਗਾਇਬ ਕੀਤੇ ਆ। ਸੋ ਇਹ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਜਿਹੜੇ ਤੁਸੀਂ ਇੱਥੇ ਆ ਕੇ ਨਗਰ ਵਿੱਚ ਆਵਾਜ਼ੇ ਕੌਮ ਰਾਹੀਂ ਇਹ ਆਵਾਜ਼ ਸਾਡੀ ਜਿਹੜੀ ਸੀ ਇਹ ਸਾਰਿਆਂ ਲੋਕਾਂ ਤੱਕ ਪਹੁੰਚਾਈ, ਇਹ ਹਕੀਕਤ ਤੁਹਾਡੇ ਸਾਹਮਣੇ ਰੱਖੀ ਹੈ, ਕਿਉਂਕਿ ਮੌਕੇ ਦੇ ਗਵਾਹ ਆ ਸਾਰੇ, ਇਹ ਸਾਰੇ ਮੌਕੇ ਦੇ ਪਰਿਵਾਰ ਗਵਾਹ ਸੀ। ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਦੇ ਨਾਲ ਹੀ ਮੈਂ ਥੋੜ੍ਹੀ ਜਿਹੀ ਜਾਣਕਾਰੀ ਹੋਰ ਵੀ ਲੈਣਾ ਚਾਹਾਂਗਾ ਕਿ ਜਿਸ ਸਥਾਨ 'ਤੇ ਆਪਾਂ ਖੜ੍ਹੇ ਹੋਏ ਹਾਂ, ਸੋ ਇੱਥੋਂ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਆਪ ਜੀ ਸੇਵਾ ਵੀ ਕਰਵਾ ਰਹੇ ਹੋ, ਸੋ ਇਸ ਸਥਾਨ ਬਾਰੇ ਵੀ ਮੈਨੂੰ ਜਾਣਕਾਰੀ ਮਿਲੀ ਸੀ ਕਿ ਇਸ ਸਥਾਨ ਨੂੰ ਵੀ ਬਹੁਤ ਪਰੇਸ਼ਾਨੀ ਹੋਈ ਹੈ ਆਪ ਜੀ ਨੂੰ ਕਿ ਉਹਨਾਂ ਸ਼ਹੀਦਾਂ ਦੀ ਜਿੱਥੇ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੀਆਂ ਨੇ, ਦੋ ਵੇਲੇ ਅਸੀਂ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕਿ ਪੰਥ ਦੀ ਚੜ੍ਹਦੀ ਕਲਾ ਹੋਵੇ, ਸੋ ਇਸ ਸਥਾਨ ਵਾਸਤੇ ਵੀ ਬਹੁਤ ਪਰੇਸ਼ਾਨੀਆਂ ਝੱਲਣੀਆਂ ਪਈਆਂ, ਉਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਜ਼ਰੂਰ ਆਪ ਜੀ ਸਾਂਝੀ ਕਰੋ। ਇਸ ਸਥਾਨ 'ਤੇ ਜੀ 9 ਸਾਲ ਪੁਲਿਸ ਨੇ ਜਬਰੀ ਕਬਜ਼ਾ ਕਰਕੇ ਇੱਕ ਪੁਲਿਸ ਚੌਂਕੀ ਦਾ ਰੂਪ ਦੇ ਕੇ ਇੰਟੈਰੋਗੇਟ ਸੈਂਟਰ ਬਣਾ ਛੱਡਿਆ 9 ਸਾਲ, ਜਾਣੀ ਕਿ ਇੱਥੇ ਬਾਹਰੋਂ ਲਿਆਉਣ ਕੇ ਨੌਜਵਾਨ ਵੀ ਸ਼ਹੀਦ ਕੀਤੇ, ਕਈ ਪਰਿਵਾਰਾਂ ਨੂੰ ਟਾਰਚਰ ਕੀਤਾ, ਇੰਟੈਰੋਗੇਟ ਕੀਤੀ, ਜਦਕਿ ਇਹ ਜਗ੍ਹਾ ਜਿਹੜੀ ਸੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ 1990 ਵਿੱਚ, ਅਤੇ ਅਸੀਂ ਸਾਰੇ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਇਹ ਸਥਾਨ ਬਣਾ ਰਹੇ ਸੀ ਕਿ ਇਹ ਇੱਕ ਯਾਦਗਰੀ ਰਹੇ ਸ਼ਹੀਦਾਂ ਦੀ, ਵੀ ਇੱਥੋਂ ਸ਼ਹੀਦਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤਾਂ ਉਹਨਾਂ ਦੀ ਯਾਦਗਰੀ ਰਹਿ ਜੇ। ਪਰ ਤਕਰੀਬਨ 25-30 ਸਾਲ ਦਾ ਸਮਾਂ ਜਿਹੜਾ ਸੀ ਗੌਰਮੈਂਟ ਨੇ ਇਹ ਜਗ੍ਹਾ ਜਿਹੜੀ ਸੀ ਉਹ ਨਹੀਂ ਬਣ ਦਿੱਤੀ, ਬੜਾ ਔਖਾ ਸਮਾਂ ਜਿਹੜਾ ਕੱਢਿਆ, ਚੌਂਕੀ ਬਣਾ ਕੇ ਵੀ ਪੁਲਿਸ ਇੱਥੇ ਬਿਠਾ ਕੇ ਵੀ ਬੜਾ ਉਹਨਾਂ ਨੇ ਤਸ਼ੱਦਦ ਦਾ ਦੌਰ ਚਲਾਇਆ, ਜਿਹਨੂੰ ਮਰਜ਼ੀ ਲਿਆ ਕੇ ਟੈਰੋਗੇਟ ਕਰਨਾ, ਇੱਥੇ ਸ਼ਹੀਦ ਵੀ ਬੜੇ ਨੌਜਵਾਨ ਲਿਆ ਲਿਆੜ ਕੇ ਕੀਤੇ, ਦਰਿਆ 'ਚ ਉਹਨਾਂ ਦੀਆਂ ਸਰੀਰ ਰੋੜ ਦਿੱਤੇ, ਪਤਾ ਨਹੀਂ ਲੱਗਾ ਅੱਜ ਤੱਕ ਵੀ ਉਹ ਕਿੱਥੋਂ ਲਿਆ ਕੇ ਕਿੱਥੋਂ ਸ਼ਹੀਦ ਕਰਦੇ ਸੀ। ਮੈਨੂੰ ਇੱਥੋਂ ਤੱਕ ਵੀ ਪਤਾ ਵਾ ਕਿ ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਜੀ ਦੇ ਪਿਤਾ ਜੀ ਵੀ ਇੱਥੇ ਲਿਆ ਕੇ ਉਹਨਾਂ ਨੇ ਸ਼ਹੀਦ ਕੀਤੇ, ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਇੱਥੇ ਆਖਰੀ ਹੀ ਵੇਖਿਆ। ਬਾਕੀ ਪਰਿਵਾਰ ਜਿੰਨੇ ਵੀ ਸ਼ਹੀਦਾਂ ਦੇ ਨਾਲ ਜੁੜੇ ਸੀ, ਸਾਰੀ ਸੰਗਤ ਨਾਲ ਜੁੜੀ ਸੀ, ਅਖੀਰ ਅਸੀਂ ਕਾਮਯਾਬ ਹੋਏ ਹਾਂ, ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਹੁਣ ਉਹ ਸਥਾਨ ਜਿਹੜਾ ਹੈ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਇਹ ਜਿਹੜਾ ਹੈ ਤਕਰੀਬਨ ਤਿਆਰੀ ਦੇ ਉੱਪਰ ਗੁੰਬਦ ਬਣ ਰਿਹਾ ਹੈ, 2 ਮੰਜ਼ਿਲਾਂ ਅਸੀਂ ਤਿਆਰ ਕਰ ਦਿੱਤੀਆਂ, ਆਉਣ ਵਾਲਾ ਸਮਾਂ ਜਿਹੜਾ ਹੈ ਉਹ ਉਹਨਾਂ ਦੀ ਯਾਦ ਵਿੱਚ ਅਸੀਂ ਸਾਲਾਨਾ ਨਵੰਬਰ ਦੇ ਵਿੱਚ ਇੱਕ ਬੜਾ ਪ੍ਰੋਗਰਾਮ ਵੀ ਕਰਦੇ ਹਾਂ ਜਿਹੜਾ ਸ਼ਹੀਦਾਂ ਦੀ ਯਾਦ ਵਿੱਚ, ਨਵੰਬਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦੀ, ਉਹਨਾਂ ਦਾ ਸ਼ਹੀਦੀ ਦਿਹਾੜੇ ਦੇ ਨੂੰ ਲੈ ਕੇ ਸਮੁੱਚੇ ਸ਼ਹੀਦਾਂ ਦਾ ਯਾਦ ਜਿਹੜੀ ਉੱਥੇ ਮਨਾਈ ਜਾਂਦੀ ਆ। ਇੰਨੀ ਕੀ ਆ ਕਿ ਸੰਗਤਾਂ ਦਾ ਸਹਿਯੋਗ ਸਾਨੂੰ ਬਹੁਤ ਮਿਲਿਆ, ਹੁਣ ਵੀ ਮਿਲ ਰਿਹਾ ਹੈ, ਅਤੇ ਅੱਗੇ ਵੀ ਆਸ ਕਰਦੇ ਹਾਂ ਵੀ ਬਹੁਤ ਇਹ ਸੰਗਤਾਂ ਸਹਿਯੋਗ ਦੇਣਗੀਆਂ। ਅਤੇ ਬਾਬਾ ਜੀ, ਜਿਸ ਤਰ੍ਹਾਂ ਆਪ ਜੀ ਨੇ ਸਾਰੇ ਸੰਘਰਸ਼ ਦੀ ਗੱਲ ਕੀਤੀ ਹੈ, ਸਾਰੇ ਸਥਾਨਾਂ ਦਾ ਆਪ ਜੀ ਨੇ ਸਾਨੂੰ ਵੇਰਵਾ ਦਿੱਤਾ ਹੈ, ਅਤੇ ਨਾਲ ਦੀ ਨਾਲ ਮੈਂ ਜ਼ਰੂਰ ਥੋੜ੍ਹਾ ਜਿਹਾ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਨੇ ਜ਼ਿਕਰ ਕੀਤਾ ਹੈ ਕਿ ਪਰਿਵਾਰ ਅੰਮ੍ਰਿਤ ਵੀ ਛਕਿਆ ਅਤੇ ਰਸਤੇ ਵੀ ਚੱਲੇ, ਅਤੇ ਆਪ ਜੀ ਦੇ ਇਸ ਨਗਰ ਦਾ ਆਪਾਂ ਨੂੰ ਜ਼ਿਕਰ ਮਿਲਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਬਚਨ ਕੀਤੇ ਸਨ ਕਿ ਭਾਈ ਜੇਕਰ ਸਰਕਾਰ ਕੋਈ ਐਸਾ ਕਰੜਾ ਕਦਮ ਚੁੱਕਦੀ ਹੈ, ਦਰਬਾਰ ਸਾਹਿਬ ਜੀ ਦੀ ਬੇਹਰਮਤੀ ਕਰਨ ਦਾ ਯਤਨ ਕਰਦੀ ਹੈ, ਅਤੇ ਆਪੋ ਆਪਣੇ ਫਰਜ਼ ਨੂੰ ਪਛਾਣਦਿਆਂ ਹੋਇਆਂ ਪੰਥ ਵਾਸਤੇ ਸੀਸ ਦਿੱਤੇ ਜਾਣ। ਸੋ ਵਿਦੇਸ਼ਾਂ ਦੇ ਵਿੱਚ ਕਈ ਵਾਰ ਗੱਲ ਕੀਤੀ ਜਾਂਦੀ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਸਿੰਘਾਂ ਨੇ ਹੰਭਲਾ ਨਹੀਂ ਮਾਰਿਆ, ਜਾਂ ਉਹਨਾਂ ਦੇ ਬਚਨਾਂ 'ਤੇ ਪਹਿਰਾ ਦੇਣ ਵਾਲੇ ਸਿੰਘਾਂ ਨੇ ਕੰਮ ਨਹੀਂ ਕੀਤਾ, ਪਰ ਤੁਹਾਡੇ ਇਸ ਨਗਰ ਦੀ ਮਿਸਾਲ ਮੈਨੂੰ ਕੁਝ ਹੋਰ ਹੀ ਮਿਲਦੀ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਕੁਝ ਦੱਸਣਾ ਚਾਹੂੰ ਤਾਂ ਜ਼ਰੂਰ ਸਾਂਝਾ ਕਰੋ। ਵੇਖੋ ਜੀ, ਅਸੀਂ ਇੱਕ ਗੱਲ ਕਹਿ ਸਕਦੇ ਹਾਂ ਦਾਅਵੇ ਦੇ ਨਾਲ, ਫਕਰ ਦੇ ਨਾਲ ਕਹਿ ਸਕਦੇ ਹਾਂ ਵੀ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕਹਿਣੀ ਦੇ ਉੱਤੇ ਪਹਿਰਾ ਦਿੱਤਾ ਤਾਂ ਉਹ ਇਸ ਨਗਰ ਜਲਾਲਾਬਾਦ ਦੀ ਸੰਗਤ ਨੇ ਦਿੱਤਾ। ਬਾਕੀ ਜਿਹੜੇ ਕਈ ਗੱਲਾਂ ਜਿਹੜੀਆਂ ਵਿਸਤਾਰ ਦੇ ਵਿੱਚ ਮੈਂ ਨਹੀਂ ਦੱਸਣੀਆਂ ਚਾਹੁੰਦਾ, ਪਰ ਇੱਕ ਗੱਲ ਜ਼ਰੂਰ ਆ ਵੀ ਇਹਨਾਂ ਸਿੰਘਾਂ ਨੇ ਪਹਿਰਾ ਦੇ ਕੇ ਸਾਬਤ ਕਰ ਦਿੱਤਾ ਜੋ ਸੰਤ ਕਹਿੰਦੇ ਸੀ ਵੀ ਤੁਸੀਂ ਇੱਧਰ ਨੂੰ ਨਾ ਆਇਓ ਜਾਂ ਸਾਡੇ ਵੱਲ ਨਾ ਵੇਖਿਓ, ਆਪੋ ਆਪਣਾ ਫਰਜ਼ ਪਛਾਣਿਓ। ਇਹਨਾਂ ਨੇ ਫਰਜ਼ ਵੀ ਪਛਾਣਿਆ, ਜੇ ਇਸੇ ਤਰ੍ਹਾਂ ਸਾਰੇ ਪਿੰਡਾਂ ਵਿੱਚ ਹੰਬਲਾ ਵੱਜ ਜਾਂਦਾ ਤਾਂ ਹੋ ਸਕਦਾ ਸੀ ਕਿ ਇਹ ਰੂਪ ਰੇਖਾ ਕੁਝ ਹੋਰ ਹੁੰਦੀ, ਸਾਨੂੰ ਇੰਨਾ ਨੁਕਸਾਨ ਨਾ ਕਰਾਉਣਾ ਪੈਂਦਾ। ਅਤੇ ਇੰਨਾ ਕੁਝ ਹੋਣ ਦੇ ਬਾਵਜੂਦ ਬਾਬਾ ਜੀ ਤਸ਼ੱਦਦ ਝੱਲਣ ਦੇ ਬਾਵਜੂਦ ਜੇਲ੍ਹਾਂ ਵੀ ਕੱਟੀਆਂ, ਨੌਜਵਾਨ ਸਿੰਘ ਵੀ ਸ਼ਹੀਦ ਕਰਾਏ, ਅਤੇ ਅੱਜ ਦੇ ਮੌਜੂਦਾ ਸਮੇਂ 'ਚ ਮੈਂ ਜੇਕਰ ਪੁੱਛਾਂ ਕਿ ਜਲਾਲਾਬਾਦ ਅਤੇ ਇੱਥੋਂ ਦੇ ਲਾਗੇ ਛਾਗੇ ਦੀ ਸੰਗਤ
ਉਸ ਸੰਘਰਸ਼ ਨੂੰ ਅੱਜ ਕਿਸ ਨਜ਼ਰ ਨਾਲ ਦੇਖਦੀ ਹੈ ਅਤੇ ਅੱਜ ਦੇ ਮੌਜੂਦਾ ਹਾਲਾਤ ਦੇ ਉੱਪਰ ਜੋ ਪੰਥ ਦੀ ਸਥਿਤੀ ਹੈ ਜਾਂ ਕੌਮ ਦੇ ਸਵਾਲ ਤਾਂ ਅੱਜ ਵੀ ਉਹੀ ਨੇ ਕਿ ਸਾਡੀਆਂ ਫਸਲਾਂ ਦਾ ਮੁੱਲ ਮਿਲ ਜਾਵੇ, ਸਾਨੂੰ ਬਰਾਬਰ ਦਾ ਅਧਿਕਾਰ ਮਿਲ ਜਾਵੇ, ਸਾਡੇ ਨੌਜਵਾਨ ਨਸ਼ਿਆਂ ਤੋਂ ਬਚ ਜਾਣ, ਮੁੱਦੇ ਤਾਂ ਅੱਜ ਵੀ ਉੱਥੇ ਦੇ ਉੱਥੇ ਖੜ੍ਹੇ ਨੇ। ਸੋ ਅੱਜ ਦੇ ਮੌਜੂਦਾ ਹਾਲਾਤ ਕੀ ਨੇ ਅਤੇ ਅੱਜ ਦਾ ਸੰਗਤ ਦਾ ਇੱਥੋਂ ਦੇ ਲੋਕਾਂ ਦੇ ਵਿੱਚ ਆਪ ਜੀ ਵਿਚਰਦੇ ਹੋ, ਕੀ ਕਹਿਣਾ ਹੈ, ਕੀ ਮੰਨਣਾ? ਵੇਖੋ ਜੀ, ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਜਦੋਂ ਵੀ ਕੌਮ ਨੇ ਆਵਾਜ਼ ਮਾਰੀ, ਚਾਹੇ ਉਹ ਬਰਗਾੜੀ ਦਾ ਮੋਰਚਾ ਹੋਵੇ, ਚਾਹੇ ਉਹ ਸਰਬੱਤ ਖਾਲਸਾ ਹੋਵੇ, ਸਾਡੇ ਨਗਰ ਦੇ ਵਿੱਚੋਂ ਵੀ ਕਾਫੀ ਸੰਗਤਾਂ ਜਿਹੜੀਆਂ ਸੀ ਉਹ ਇਹਨਾਂ ਮੋਰਚਿਆਂ ਦੇ ਵਿੱਚ ਵੀ ਗਈਆਂ। ਅੱਜ ਵੀ ਜੇ ਇਹਨਾਂ ਦੇ ਮਨਾਂ 'ਚ ਵੇਖੀਏ ਤਾਂ ਸਿੱਖੀ ਪ੍ਰਤੀ ਦਰਦ ਹੈਗਾ, ਇਹ ਨਹੀਂ ਦਰਦ ਹੈਗਾ ਵਾ, ਪਰ ਸਾਨੂੰ ਕੋਈ ਚੰਗਾ ਆਗੂ ਕੌਮ ਦਾ ਜਿਹੜਾ ਕਿ ਕਿਸੇ ਬੇੜੀ ਦਾ ਮਲਾਹ ਚੰਗਾ ਹੋਵੇ ਤਾਂ ਉਹ ਬੇੜੀ ਨੂੰ ਬੰਨੇ ਲਾ ਦਿੰਦਾ, ਅਤੇ ਜੇ ਮਾੜਾ ਮਲਾਹ ਹੋਵੇ ਤਾਂ ਉਹ ਰਸਤੇ ਦੇ ਵਿੱਚ ਇਸ਼ਾਰਾ ਡੋਬ ਦਿੰਦਾ। ਸਾਡੀ ਇੱਕ ਚੰਗਾ ਮਲਾਹ ਨਹੀਂ ਸਾਨੂੰ ਮਿਲ ਰਿਹਾ, ਆਗੂ ਨਹੀਂ ਕੋਈ ਮਿਲ ਰਿਹਾ ਜਿਹੜਾ ਕਿ ਕੌਮ ਨੂੰ ਨਾਲ ਲੈ ਕੇ ਤੁਰਿਆ ਤੁਰ ਸਕੇ ਅਤੇ ਕੌਮ ਦੀ ਚੰਗੀ ਭਵਿੱਖ ਵਾਸਤੇ ਉਹ ਕੁਝ ਕਰ ਸਕੇ। ਕੌਮ ਹੁਣ ਤੁਸੀਂ ਇਹ ਸਿੰਘ ਭਾਵੇਂ ਬਜ਼ੁਰਗ ਵੀ ਹੋ ਗਏ, ਇਹਨਾਂ ਵਿੱਚ ਜਿਹੜੀ ਦਰਦ ਉਹੀ ਆ, ਉਹਨਾਂ ਦੀ ਚੜ੍ਹਦੀ ਕਲਾ ਉਹੀ ਆ। ਅੱਜ ਵੀ ਜੇ ਇਹਨਾਂ ਨੂੰ ਆਵਾਜ਼ ਮਾਰਨ ਤਾਂ ਚੜ੍ਹਦੀ ਕਲਾ ਦੇ ਨਾਲ ਇਹ ਸਹਿਯੋਗ ਦੇਣ ਨੂੰ ਤਿਆਰ ਵਾ, ਪਰ ਸਾਨੂੰ ਕੌਮ ਨੂੰ ਸਾਡੀ ਵਾਧੂ ਕਿਸਮਤੀ ਆ ਕਿ ਸਾਨੂੰ ਕੋਈ ਚੰਗਾ ਆਗੂ ਚੰਗੀ ਸੇਧ ਦੇਣ ਵਾਲਾ ਅਜੇ ਕੋਈ ਨਹੀਂ ਮਿਲ ਰਿਹਾ। ਹੋ ਸਕਦਾ ਕੋਈ ਮਹਾਂਪੁਰਖਾਂ ਵਰਗਾ ਕੋਈ ਚੜ੍ਹਦੀ ਕਲਾ ਵਾਲਾ ਕੋਈ ਆਵੇ ਅਤੇ ਅਸੀਂ ਵੀ ਫਖਰ ਮਹਿਸੂਸ ਕਰਾਂਗੇ ਕਿ ਅਸੀਂ ਨਾਲ ਉਹਨਾਂ ਦੇ ਸਹਿਯੋਗ ਕਰ ਸਕੀਏ। ਸੋ ਬਾਬਾ ਜੀ, ਮੈਂ ਆਖਰੀ ਪੜਾਅ ਦੇ ਵੱਲ ਵਧਾਂ। ਬਹੁਤ ਸਾਰੀਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ, ਸਾਰੇ ਵੇਰਵੇ ਵੀ ਆਪ ਜੀ ਨੇ ਸਾਨੂੰ ਦਿੱਤੇ, ਕਿਤੇ ਸਮਾਂ ਬਣਿਆ ਸੋ ਵਿਸਤਾਰ ਦੇ ਨਾਲ ਇਕੱਲੇ ਇਕੱਲੇ ਪਰਿਵਾਰ ਦੇ ਨਾਲ ਬਹਿ ਕੇ ਜ਼ਰੂਰ ਅਸੀਂ ਗੱਲ ਕਰਨੀ ਚਾਹਾਂਗੇ। ਕੋਈ ਐਸੀ ਗੱਲ ਜਾਂ ਕੋਈ ਐਸਾ ਸਵਾਲ ਜਿਹੜਾ ਮੈਂ ਤੁਹਾਨੂੰ ਨਾ ਪੁੱਛਿਆ ਹੋਵੇ ਪਰ ਤੁਹਾਡੇ ਮਨ ਦੇ ਵਿੱਚ ਹੋਵੇ ਕਿ ਇਹ ਗੱਲ ਮੀਡੀਆ ਦੇ ਰਾਹੀਂ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ, ਜੇ ਕੁਝ ਕਹਿਣਾ ਚਾਹੋ ਤਾਂ ਜ਼ਰੂਰ ਅੰਤ ਦੇ ਵਿੱਚ ਆਪ ਜੀ ਉਹ ਸਾਂਝਾ ਕਰੋ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਜੀ, ਜਿਹੜਾ ਵੇਰਵਾ ਬੜਾ ਬੜਾ ਇਕੱਠਾ ਕੀਤਾ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੇ, ਅਜੇ ਉਹ ਸ਼ੁਰੂਆਤ ਹੀ ਹੋਏ ਸੀ ਪਰ ਉਹਨਾਂ ਨੂੰ ਪੁਲਿਸ ਨੇ ਚੁੱਕ ਕੇ ਐਨਕਾਊਂਟਰ ਵਿੱਚ ਸ਼ਹੀਦ ਕਰ ਦਿੱਤਾ। ਪਰ ਅਜੇ ਅੱਜ ਵੀ ਜੇ ਲੋੜ ਪਵੇ ਨਾ ਕਿਸੇ ਨੂੰ ਅੰਕੜਾ, ਦੋ ਪਿੰਡਾਂ ਦਾ ਅੰਕੜਾ ਵਾ, ਬਾਕੀ ਪਿੰਡਾਂ ਦੇ ਵਿੱਚ ਕੀ ਹੋਇਆ ਹੋਊਗਾ ਇਹ ਤੁਸੀਂ ਆਪ ਇੱਥੋਂ ਅੰਦਾਜ਼ਾ ਲਾ ਲਓ। ਪੈਸੇ ਤਾਂ ਦੋ ਕੁ ਪਿੰਡਾਂ ਦਾ, ਇਹ ਤਿੰਨਾਂ ਪਿੰਡਾਂ ਦਾ ਇਕੱਠਾ ਕਰਕੇ ਤੁਹਾਨੂੰ ਅੰਕੜਾ ਦਿੱਤਾ ਵੀ ਕਿੰਨੀਆਂ ਸ਼ਹੀਦੀਆਂ, ਕਿੰਨੇ ਇੰਟੈਰੋਗੇਟ ਹੋਏ, ਕਿੰਨੇ ਜੇਲ੍ਹਾਂ ਵਿੱਚ ਰੁਲੇ ਅਤੇ ਕੀ ਹੋਇਆ। ਇਹ ਸਹੀ ਅੰਕੜਾ ਜਿਹੜਾ ਵਾ, ਅਸੀਂ ਤਾਂ ਆਵਾਜ਼ ਕੌਮ ਰਾਹੀਂ ਇਹੋ ਹੀ ਆ ਕਿ ਤੁਸੀਂ ਸਹੀ ਅੰਕੜਾ ਇੱਥੇ ਇਕੱਤਰ ਕਰਨ ਆਏ ਹੋ ਅਤੇ ਸੰਗਤਾਂ ਨੂੰ ਇਹ ਅਪੀਲ ਹੈ ਵੀ ਕੋਈ ਨਾ ਕੋਈ ਇਹਨਾਂ ਦੇ ਨਾਲ ਹਮਦਰਦੀ ਵਾਲਾ ਵਤੀਰਾ ਕੋਈ ਆ ਕੇ ਜਿਹੜੇ ਕਰਨ, ਤਾਂ ਕਿ ਇਹਨਾਂ ਨੂੰ ਹੋਵੇ ਕਿ ਅਸੀਂ ਜਿਹੜੀਆਂ ਜੇਲ੍ਹਾਂ ਕੱਟੀਆਂ ਜਾਂ ਅਸੀਂ ਪਰਿਵਾਰਾਂ ਦੇ ਮੈਂਬਰ ਗਵਾਏ ਜਾਂ ਅਸੀਂ ਤਸੱਦਰ ਝੱਲਿਆ, ਸਾਡਾ ਕੋਈ ਨਾ ਕੋਈ ਬਾਂਹ ਫੜਨ ਵਾਲਾ ਹੈਗਾ। ਇੰਨੀ ਕੁ ਬੇਨਤੀ ਆ, ਕੋਈ ਨਾ ਕੋਈ ਜਿਹੜੇ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਕਹਿੰਦੇ ਉਹ ਆ ਕੇ ਸਾਡੀ ਗੱਲ ਦੇ ਨਾਲ ਸਾਡੇ ਨਾਲ ਸੁਣਨ, ਸਾਡੇ ਨਾਲ ਕਰਨ ਅਤੇ ਸਹੀ, ਇਹਨਾਂ ਨੂੰ ਆਣ ਕੇ ਮਿਲਣ ਦੇ ਸਹੀ, ਇੰਨੀ ਬੇਨਤੀ ਹੈ ਜੀ। ਸੋ ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਸੋ ਸੰਘ ਜੀ, ਇਸ ਵਕਤ ਆਪ ਜੀ ਦੇ ਨਾਲ ਹੋਰ ਵੀ ਪਤਵੰਤੇ ਸੱਜਣਾਂ ਦੇ ਨਾਲ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ, ਆਖਰੀ ਪੜਾਅ ਦੇ ਵੱਲ ਹਾਂ। ਮਨ ਦੇ ਅੰਦਰ ਜਜ਼ਬਾ ਅੱਜ ਵੀ ਸਿੱਖੀ ਦਾ ਹੈ, ਪੰਥ ਪ੍ਰਤੀ ਸੋਚ ਅੱਜ ਵੀ ਹੈ, ਕੁਰਬਾਨੀ ਕਰਨ ਵਾਸਤੇ ਭਾਵੇਂ ਉਮਰਾਂ ਵਡੇਰੀਆਂ ਹੋ ਗਈਆਂ ਨੇ, ਇੱਕੋ ਸੱਦੇ ਦੇ ਉੱਪਰ ਆਪ ਜੀ ਦੇਖ ਸਕਦੇ ਹੋ ਕਿ ਬਜ਼ੁਰਗ ਸਹਿਬਾਨ ਵੀ ਚੱਲ ਕੇ ਆਏ ਨੇ ਤਾਂ ਜੋ ਉਹ ਕੌਮ ਦਾ ਦਰਦ, ਪੰਥ ਦਾ ਦਰਦ ਦੁਨੀਆਂ ਦੇ ਸਾਹਮਣੇ ਆਵੇ। ਸੋ ਅੰਤ ਦੇ ਵਿੱਚ ਮੈਂ ਭਾਈ ਸਾਹਿਬ ਆਪ ਜੀ ਨੂੰ ਪੁੱਛਣਾ ਚਾਹਾਂਗਾ ਕਿ ਕਿਹੜੀ ਐਸੀ ਗੱਲ ਹੈ ਜਿਹੜੀ ਆਪ ਜੀ ਹੋਰ ਸਾਡੇ ਨਾਲ ਸਾਂਝੀ ਕਰਨੀ ਚਾਹੋਗੇ ਅਤੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ 'ਚ ਸੰਗਤਾਂ ਇਸ ਵਕਤ ਆਪਾਂ ਨੂੰ ਸੁਣ ਰਹੀਆਂ ਨੇ, ਕੋਈ ਸਵਾਲ ਮੈਂ ਨਾ ਪੁੱਛਿਆ ਹੋਵੇ ਜਾਂ ਕੋਈ ਜਾਣਕਾਰੀ ਮੈਂ ਨਾ ਪੁੱਛੀ ਹੋਵੇ ਤਾਂ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਉਹ ਜ਼ਰੂਰ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਨਾਲ ਸਭ ਕੁਝ ਨਜਾਇਜ਼ ਕੀਤਾ ਗੌਰਮੈਂਟ ਨੇ, ਸਾਡੇ 'ਤੇ ਚੌਂ ਸਿੰਘਾਂ 'ਤੇ ਤਿੰਨ ਤਿੰਨ ਕਤਲ ਪਾਏ, ਸਾਡੇ ਜਲਾਲਾਂ 'ਤੇ ਸਰਦਾਰ ਸਰਦਾਰਾਂ ਸ਼ਾਹ ਦਲਵੀਰ ਸਿੰਘ
ਅਤੇ ਬਲਵੀਰ ਸਿੰਘ ਅਤੇ ਆਪਣੇ ਮਗਤਾਰ ਸਿੰਘ, ਜਿਹੜੇ ਬਿਲਕੁਲ ਸਾਡੇ 'ਤੇ ਹਿੰਦੂਆਂ 'ਤੇ ਕਤਲ ਪਾ ਕੇ ਨਜਾਇਜ਼ ਕੋਰਟ ਨੇ ਸਾਬਤ ਕਰਕੇ ਸਾਨੂੰ ਬਾਜ ਤੋਂ ਬਰੀ ਕੀਤਾ। ਉਸ ਤੋਂ ਬਾਅਦ ਸਾਡੇ 'ਤੇ ਹਥਿਆਰ ਵੀ ਪਾਏ ਗਏ ਨਜਾਇਜ਼, ਉਹ ਵੀ ਸਾਡਾ ਕੋਈ ਕਸੂਰ ਨਹੀਂ, ਨਜਾਇਜ਼ ਇਹਨਾਂ ਸਭ ਕੁਝ ਕੀਤਾ। ਉਸ ਤੋਂ ਬਾਅਦ ਸਾਡੇ ਪਰਿਵਾਰ ਦੇ ਇਹਨਾਂ ਚੌਂਕੀ ਬਿਠਾ ਕੇ ਘਰ ਦੇ ਵਿੱਚ 2 ਸਾਲ ਚੌਂਕੀ ਬਿਠਾਈ ਰੱਖੀ ਆ, ਪੰਜਾਬ ਪੁਲਿਸ ਨਾਲ ਆਈ ਆ, BSF ਦੇ 50 ਕਰਮਚਾਰੀ ਲਏ ਆ। ਮਾਤਾ ਦੇ ਪਿਤਾ ਸੀ ਸਾਡੇ ਉੱਥੇ ਉਸ ਵੇਲੇ ਮੌਕੇ 'ਤੇ ਘਰ ਵਿੱਚ, ਤਾਂ ਉਹਨਾਂ ਨੂੰ ਆਖਣ ਲੱਗੇ ਇੱਥੋਂ ਤੁਸੀਂ ਚਲੇ ਜਾਓ। ਉਹ ਚਲੇ ਗਏ ਉੱਥੋਂ, ਉਸੇ ਵੇਲੇ ਜਿੰਦਰੇ ਵੱਢ ਕੇ 50 ਆਦਮੀ BSF ਦੇ ਉੱਥੇ ਉਹਨਾਂ ਰੱਖ ਕੇ 2 ਸਾਲ ਸਾਡੇ ਉੱਥੇ ਨਾ ਕੋਈ ਫਸਲ ਹੋਈ ਆ, ਨਾ ਕੋਈ ਉੱਥੇ ਸਾਨੂੰ ਉੱਥੇ ਉਹਨਾਂ ਰਹਿਣ ਦਿੱਤਾ ਵਾ, ਨਾ ਸਾਨੂੰ ਰਾਤ ਨੂੰ ਮੋਟਰਾਂ ਚਲਾਉਣ ਦਿੰਦੇ ਸੀ, ਵੀ ਸਾਨੂੰ ਖਾੜਕੂਆਂ ਦਾ ਜਿਹੜੀ ਆਵਾਜ਼ 'ਚ ਪਤਾ ਨਹੀਂ ਲੱਗਦਾ। ਅਤੇ ਉਹਦਾ ਕਾਰਨ ਜਿਹੜੀ ਅੱਜ ਮੇਰੇ ਕੋਲ 3 ਕਿੱਲੇ ਜ਼ਮੀਨ ਵਾ, ਜਿਹੜੀ ਕਿ ਮੈਂ ਗੌਰਮੈਂਟ ਤੋਂ ਕਰਜ਼ਾ ਲਿਆ ਸੀ 15 ਲੱਖ, ਗੌਰਮੈਂਟ ਉਹਦਾ 50 ਲੱਖ ਬਣਾਈ ਬੈਠੀ ਆ, ਅਤੇ ਆਹ ਕੁਰਕੀ ਦੇ ਕਾਗਜ਼ ਮੇਰੇ ਦੇ ਗਏ ਆ, ਅਤੇ ਜਿਹੜੇ ਅਸੀਂ ਵੇ ਕਰਜ਼ੇ ਦੇਣ ਤੋਂ 3 ਕਿੱਲੇ ਮੇਰੇ ਕੋਲ 9 ਮਰਲੇ ਘੱਟ 3 ਕਿੱਲੇ ਪੈਲੀ ਆ। ਇਹ 3 ਮੈਂ ਇੱਥੇ ਜ਼ਰੂਰ ਐਡ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਮੌਜੂਦਾ ਜਿਹੜੀ ਸਰਕਾਰ ਬਣੀ ਹੈ, ਬਹੁਤ ਮੀਡੀਆ 'ਚ ਵੀ ਇਹ ਗੱਲਾਂ ਆਈਆਂ ਸਨ ਕਿ 5 ਖੇਤ ਤੋਂ ਘੱਟ ਵਾਲੇ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ, ਭਾਵੇਂ ਉਹ ਕਿਸੇ ਵੀ ਤਰੀਕੇ ਦੇ ਹੋਣ, ਅਤੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਵੇਗੀ। ਸੋ ਉਹਦੇ 'ਚੋਂ ਆਪ ਜੀ ਤੱਕ ਕੋਈ ਨੁਮਾਇੰਦਾ ਪਹੁੰਚਾ ਜਾਂ ਕੋਈ ਰਾਹਤ ਮਿਲੀ ਤੁਹਾਨੂੰ? ਗੌਰਮੈਂਟ ਦਾ ਬੰਦਾ ਨੇ ਕੋਈ ਰਾਹਤ ਨਹੀਂ ਮਿਲੀ ਜੀ, ਅਤੇ ਫਿਰ ਕੇਵਲ ਸੁੱਕੇ ਫੋਕੇ ਦਾਅਵੇ ਹੀ ਹਨ ਜੇ ਆਪਾਂ ਕਹੀਏ ਕਿ ਮੌਜੂਦਾ ਸਮੇਂ 'ਚ ਕੋਈ ਸਰਕਾਰ ਵੱਲੋਂ ਵੀ ਸਹਾਇਤਾ ਨਹੀਂ। ਆਪਾਂ ਕੱਲੋਂ ਕੁਰਕੀ ਦੇ ਵਾਰੰਟ ਆਏ ਜੋ ਇਹਦੇ ਇੱਕ ਦਿਨ ਇੱਥੇ ਲਾਮੀ ਕਰਨ ਆਏ ਭੈਲੀ ਦੀ, ਪਰ ਮਹਾਰਾਜ ਦੀ ਕਿਰਪਾ ਨਾਲ ਕਿਸੇ ਨੇ ਬੋਲੀ ਨਹੀਂ ਦਿੱਤੀ, ਅਤੇ ਹੁਣ ਵੇਖੋ ਗਾਂਹ ਪਤਾ ਨਹੀਂ ਅਜੇ ਕੀ ਕਰਦੇ ਆ ਅਤੇ ਕੀ ਨਹੀਂ ਕਰਦੇ। ਸੋ ਜੇ ਮੈਂ ਸਿੱਧੇ ਰੂਪ ਦੇ ਵਿੱਚ ਕਹਾਂ ਕਿ 1984 ਦਾ ਜਿਹੜਾ ਬਲਦਾ ਸੇਕ ਹੈ ਉਹ ਅੱਜ ਤੱਕ ਵੀ ਮਹਿਸੂਸ ਹੋ ਰਿਹਾ। ਹਾਂਜੀ। ਸੋ ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਅਸੀਂ ਆਪ ਜੀ ਤੋਂ ਪੇਪਰ ਲੈ ਕੇ ਇਹਦੀ ਫੋਟੋ ਕਾਪੀ ਵੀ ਜ਼ਰੂਰ ਸੰਗਤਾਂ ਦੇ ਨਾਲ ਸਾਂਝੀ ਕਰ ਦਿਆਂਗੇ। ਮੀਡੀਆ ਦੇ ਵਿੱਚ ਮੈਂ ਜਾਣ ਤੋਂ ਪਹਿਲਾਂ ਆਪ ਜੀ ਦੇ ਕੋਲੋਂ ਸਾਰੀ ਡਿਟੇਲ ਜਿਹੜੀ ਹੈ ਉਹ ਲੈ ਲਵਾਂਗਾ, ਅਤੇ ਇਸ ਤੋਂ ਇਲਾਵਾ ਕੁਝ ਹੋਰ ਸਾਂਝਾ ਕਰਨਾ ਚਾਹੂੰ ਆਖਿਰ ਦੇ ਵਿੱਚ ਕੁਝ ਕਹਿਣਾ। ਚੌਂਕੀ ਬਿਠਾ ਛੱਡੀ ਆ ਜਿਹੜੀ ਉੱਥੋਂ ਸਾਨੂੰ ਜਾੜ ਕੇ ਰੱਖ ਦਿੱਤਾ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਸੋ ਸੰਗਤ ਜੀ, ਇਸ ਵਕਤ ਆਪ ਜੀ ਨੇ ਦੇਖਿਆ ਹੈ ਕਿ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਵੀ ਪਰਿਵਾਰ ਜਿਹੜੇ ਨੇ ਆਪਣੇ ਪੈਰਾਂ ਸਿਰ ਨਹੀਂ ਹੋ ਸਕੇ। ਸੋ ਸਾਰੇ ਪਤਵੰਤੇ ਸੱਜਣਾਂ ਦਾ, ਆਏ ਹੋਏ ਜਿੰਨੇ ਵੀ ਬਜ਼ੁਰਗ ਸਾਹਿਬਾਨ ਨੇ, ਮਹਿਮਾਨ ਨੇ, ਮੈਂ ਧੰਨਵਾਦ ਕਰਨਾ ਚਾਹੁੰਦਾ। ਅਤੇ ਉਹ ਵਾਜ਼ੇ ਕੌਮ ਟੀ ਵੀ ਦਾ ਇੱਕ ਉਪਰਾਲਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਜਿਸ ਪੰਜਾਬ ਨੂੰ ਬਦਲਣ ਦੀ ਅਸੀਂ ਗੱਲ ਕਰਦੇ ਹਾਂ, ਜਿਸ ਪੰਜਾਬ ਦੇ ਅੰਦਰ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਹਾਂ, ਜਿਸ ਪੰਜਾਬ ਨੂੰ ਅਸੀਂ ਸੋਹਣਾ ਬਣਾਉਣਾ ਚਾਹੁੰਦੇ ਹਾਂ, ਅਸਲ ਤਸਵੀਰ ਕੀ ਹੈ, ਮੌਜੂਦਾ ਹਾਲਾਤ ਕੀ ਨੇ, ਇੱਥੋਂ ਦੇ ਲੋਕ, ਅੱਜ ਦੇ ਪੰਜਾਬ ਦੇ ਲੋਕ ਕੀ ਮਹਿਸੂਸ ਕਰਦੇ ਨੇ, ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾ ਸਕੇ। ਸੋ ਹੋਰ ਕੋਈ ਵੀ ਮਹਿਮਾਨ ਸੱਜਣ ਜਾਂ ਜੇਕਰ ਕੁਝ ਕਹਿਣਾ ਚਾਹੁੰਦੇ ਨੇ ਅਖੀਰ ਦੇ ਵਿੱਚ, ਤਾਂ ਤੁਸੀਂ ਹੱਥ ਖੜਾ ਕਰ ਸਕਦੇ ਹੋ, ਮੈਂ ਤੁਹਾਡੇ ਕੋਲ ਆ ਸਕਦਾ ਜੀ। ਕਿਸੇ ਵੀ ਸਿੰਘ ਨੇ, ਹਾਂਜੀ ਭਾਈ ਸਾਹਿਬ, ਅਤੇ ਕੀ ਕਹਿਣਾ ਚਾਹੋਗੇ ਅੰਤ ਦੇ ਵਿੱਚ? ਆਪਾਂ ਅੱਜ ਦੇ ਇਸ ਸਾਰੇ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਕੋਈ ਐਸੀ ਜਾਣਕਾਰੀ ਜਿਹੜੀ ਮੈਂ ਨਾ ਪੁੱਛੀ ਹੋਵੇ ਤਾਂ ਤੁਸੀਂ ਸਾਂਝੀ ਕਰਨੀ ਹੋਵੇ? ਮੈਂ ਇਹੀ ਕਹਿਣਾ ਚਾਹਾਂ ਜੀ, ਵੇਖੋ ਮੈਂ ਉਦੋਂ ਛੋਟਾ ਸਾ ਸੰਭਾਲ ਆਪਣੀ ਪੂਰੀ ਸੀ ਮੈਨੂੰ ਜੀ, ਜੋ ਕੁਝ ਸਾਡੇ ਬਾਬਾ ਜੀ ਹੋਣਾ ਕੇ ਆਖਿਆ, ਅਤੇ ਮੇਰੇ ਪਿਤਾ ਜੀ ਨੂੰ, ਮੇਰੇ ਬ੍ਰਦਰ ਨੂੰ, ਅਤੇ ਇੱਕ ਮੇਰੇ ਚਾਚੇ ਜੀ ਦਾ ਲੜਕਾ ਸੀ, ਉਹਨਾਂ ਨੂੰ ਮਤਲਬ ਚੁੱਕ ਕੇ ਲੈ ਕੇ ਗਿਆ। ਇਹ ਨਾਲ ਇਹਨਾਂ ਦੇ ਵੀ ਬੱਚੇ ਸੀ, ਬ੍ਰਦਰ ਸੀ ਇਹਨਾਂ ਦੇ, ਉਹਨਾਂ ਨੂੰ ਚੁੱਕ ਕੇ ਲੈ ਗਿਆ। ਅਜੇ ਤੱਕ ਕੋਈ ਉਹਨਾਂ ਦੀ ਦੋਸਤ ਦਸ ਨਹੀਂ ਨਿਕਲੀ ਜੀ ਅਜੇ ਵੀ। ਸੋ ਅੱਜ ਤੱਕ ਕੋਈ ਪਤਾ ਨਹੀਂ ਲੱਗਾ ਕਿ ਉਹ ਹੈਗੇ ਨੇ ਜਾਂ ਨਹੀਂ ਹੈਗੇ ਨੇ, ਜਾਂ ਸ਼ਹੀਦ ਕਰ ਦਿੱਤੇ ਗਏ ਨੇ, ਕੋਈ ਜਾਣਕਾਰੀ ਨਹੀਂ ਮਿਲੀ? ਕੋਈ ਜਾਣਕਾਰੀ ਜੀ ਨਹੀਂ, ਕਿਸੇ ਨੇ ਨਹੀਂ ਪੁੱਛਿਆ, ਨਹੀਂ ਕਿਸੇ ਨੇ ਕੁਛ ਨਹੀਂ, ਕੋਈ ਅੱਜ ਤੱਕ ਸਹਾਇਤਾ ਨਹੀਂ ਦਿੱਤੀ ਜੀ।
ਕਿਸੇ ਪਾਸਿਓਂ ਕਿਸੇ ਜਥੇਬੰਦੀ ਵੱਲੋਂ, ਕਿਸੇ ਸਰਕਾਰ ਵੱਲੋਂ, ਕਿਸੇ ਸੰਸਥਾ ਵੱਲੋਂ ਕੋਈ ਇਮਦਾਦ ਮਿਲੀ ਹੋਵੇ? ਕਿਸੇ ਵੱਲੋਂ ਨਹੀਂ ਜੀ ਮਿਲੀ, ਅਜੇ ਤੱਕ ਕਿਸੇ ਵੱਲੋਂ ਨਹੀਂ ਜੀ ਮਿਲੀ। ਅਤੇ ਕਈ ਵਾਰ ਇਹ ਦਾਅਵੇ ਵੀ ਕੀਤੇ ਜਾਂਦੇ ਨੇ, ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਵੀ ਰਹੀਆਂ ਨੇ, ਕਿਉਂਕਿ ਬਹੁਤ ਸਾਰੇ ਪਰਿਵਾਰ ਮੈਂ ਐਸੇ ਜਾਣਦਾ ਵੀ ਹਾਂ ਕਿ ਜਿਹਨਾਂ ਨੂੰ ਸਹਾਇਤਾ ਮਿਲ ਰਹੀ ਹੈ। ਸੋ ਤੁਹਾਡੇ ਤੋਂ ਕਦੇ ਕੋਈ ਜਾਣਕਾਰੀ ਲੈਣ ਆਇਆ ਹੋਵੇ ਜਾਂ ਕਿਸੇ ਨੇ ਜਾਣਕਾਰੀ ਲਈ ਹੋਵੇ ਪਰ ਬਾਅਦ ਦੇ ਵਿੱਚ ਅੱਜ ਤੱਕ ਸਾਰ ਨਾ ਲਈ ਹੋਵੇ, ਕੁਝ ਐਸਾ ਹੋਇਆ? ਹਾਂਜੀ, ਇਹ ਆਉਂਦੇ ਰਹੇ ਆ ਜੀ, ਪਰ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ ਜੀ। ਚਲੋ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਸੋ ਸੰਗਤ ਜੀ, ਅੱਜ ਵੀ ਉਹ ਦਰਦ ਜਿਹੜਾ ਆਪ ਜੀ ਦੇਖ ਸਕਦੇ ਹੋ ਕਿ ਪਰਿਵਾਰ ਮਹਿਸੂਸ ਕਰ ਰਹੇ ਨੇ, ਕੁਰਕੀ ਤੱਕ ਦੀ ਨੌਬਤ ਆ ਗਈ ਹੈ, ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਹੈ। ਸੋ ਮੈਂ ਸੰਘਰਸ਼ ਨੂੰ ਗਲਤ ਸਾਬਿਤ ਕਰਨ ਵਾਸਤੇ ਜਾਂ ਪੰਥ ਦੀ ਸੋਚ ਨੂੰ ਕਮਜ਼ੋਰ ਕਰਨ ਵਾਸਤੇ ਨਹੀਂ, ਪਰ ਇੱਕ ਸਵਾਲ ਜ਼ਰੂਰ ਪੈਦਾ ਹੋ ਜਾਂਦਾ ਹੈ ਕਿ ਜੇਕਰ ਅੱਜ ਅਸੀਂ ਆਪਣੇ ਆਜ਼ਾਦ ਰਾਜ ਦੀ ਗੱਲ ਕਰਦੇ ਹਾਂ, ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਲਹਿਰ ਨੂੰ ਦੁਬਾਰਾ ਤੋਰਨ ਦੀ ਗੱਲ ਕਰਦੇ ਹਾਂ, ਪਰ ਜਿਹੜੇ ਮੌਜੂਦਾ ਹਾਲਾਤ ਨੇ, ਜਿਹੜੇ ਮੌਜੂਦਾ ਲੋਕ ਨੇ, ਜਿਹੜੀ ਉਹਨਾਂ ਦੀ ਸਥਿਤੀ ਹੈ, ਉਹਦੇ ਤੋਂ ਜਾਣੂ ਕੌਣ ਕਰਾਏਗਾ? ਇਹਨਾਂ ਲੋਕਾਂ ਦਾ ਦਰਦ ਕਿਵੇਂ ਵੰਡਾਵਾਂਗੇ ਅਤੇ ਇਸ ਤੋਂ ਅੱਗੇ ਕਿਵੇਂ ਵਧਿਆ ਜਾਵੇਗਾ? ਇਹ ਸਾਰੇ ਸਵਾਲ ਸਾਡੇ ਸਾਹਮਣੇ ਜਿਉਂ ਦੇ ਤਿਉਂ ਖੜ੍ਹੇ ਹਨ। ਸੋ ਆਵਾਜ਼ੇ ਕੌਮ ਟੀ ਵੀ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਆਪ ਸੰਗਤਾਂ ਦੇ ਲਈ, ਜਲਾਲਾਬਾਦ ਨਗਰ ਅਤੇ ਉਸ ਦੇ ਨਾਲ ਲੱਗਦੇ ਨਗਰ ਜਿਹੜੇ ਖਡੂਰ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਹਨ, ਉੱਥੋਂ ਆਪ ਜੀ ਦੇ ਨਾਲ ਇਹ ਸਾਰੀ ਕਵਰੇਜ ਸਾਂਝੀ ਕੀਤੀ ਜਾ ਰਹੀ ਹੈ। ਸੋ ਅੰਤ ਦੇ ਵਿੱਚ ਸਭ ਸੱਜਣਾਂ ਦਾ, ਸਭ ਮਹਿਮਾਨਾਂ ਦਾ, ਸਤਿਕਾਰਯੋਗ ਬਾਬਾ ਜੀ ਹੋਣਾ ਦਾ ਅਤੇ ਸਾਰੇ ਬਜ਼ੁਰਗ ਜਿੰਨੇ ਵੀ ਇੱਥੇ ਹਾਜ਼ਰ ਨੇ, ਮੈਂ ਆਵਾਜ਼ੇ ਕੌਮ ਟੀ ਵੀ ਵੱਲੋਂ ਧੰਨਵਾਦ ਕਰਦਿਆਂ ਹੋਇਆਂ ਆਪ ਜੀ ਤੋਂ ਆਗਿਆ ਲਵਾਂ। ਸਮਾਂ ਬਣਿਆ ਫਿਰ ਕਿਤੇ ਆ ਕੇ ਆਪ ਸੰਗਤਾਂ ਦੇ ਨਾਲ ਜ਼ਰੂਰ ਵਿਚਾਰ ਸਾਂਝੇ ਕਰਨੇ ਚਾਹਾਂਗੇ। ਅਤੇ ਲਾਈਵ ਮੈਂ ਜ਼ਰੂਰ ਬੇਨਤੀ ਕਰਨਾ ਚਾਹਾਂ, ਕੋਈ ਵੀ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਕਦੇ ਵੀ ਸਾਂਝੀ ਕਰਨਾ ਚਾਹੇ ਤਾਂ ਆਵਾਜ਼ੇ ਕੌਮ ਟੀ ਵੀ ਆਪ ਜੀ ਦੀ ਸੇਵਾ ਦੇ ਵਿੱਚ ਹਮੇਸ਼ਾ ਉਹ ਹਾਜ਼ਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।